ਤੇਰਾ ਤੁਝਕੋ ਸਾਪ ਦੁਖੰਤਾ ਸੁਖਰਾਸ ਤਾਂ ਕੋ ਵਿਘਨ ਨਾ ਕੋ ਲਾਗੇ ਜਾਂ ਕੀ ਪ੍ਰਭ ਆਗੇ ਅਰਦਾਸ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਇੱਕ ਓਅੰਕਾਰ ਵਾਹਾਂ ਦੇ ਮਹਾਂ ਵਾਕ ਅਨੁਸਾਰ ਪਾਤਸ਼ਾਹ ਜੀਓ ਆਪ ਜੀਆਂ ਦੇ ਦਰ ਘਰ ਦੇ ਸੇਵਕ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਜਿਨ੍ਹਾਂ ਨੂੰ ਆਪ ਜੀ ਨੇ ਸਵਾਸਾ ਰੂਪੀ ਪੂੰਜੀ ਦੇ ਕੇ ਇਸ ਮਾਤ ਲੋਕ ਵਿੱਚ ਭੇਜਿਆ ਸੀ ਪਾਤਸ਼ਾਹ ਸੰਸਾਰਿਕ ਯਾਤਰਾ ਸਫਲੇ ਕਰਦਿਆਂ ਹੋਇਆ ਕੁਝ ਦਿਨਾਂ ਪਹਿਲਾਂ ਪਾਤਸ਼ਾਹ ਜੀਓ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ ਸਨ। ਇਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਸੇਵਕ ਪਰਿਵਾਰਾਂ ਵੱਲੋਂ ਕੁਝ ਰੋਜ਼ਾਂ ਤੋਂ ਆਪ ਜੀ ਦੇ ਪਾਵਨ ਚਰਨ ਪਰਸਦੇ ਹਾਂ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਮਟਾਈ ਜੀ ਦੇ ਇੱਕ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਆਪ ਜੀ ਦੀ ਅਪਾਰ ਕਿਰਪਾ ਦੁਆਰਾ ਸਹਿਜ ਪਾਠਾਂ ਦੇ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਨੇ। ਪਾਤਸ਼ਾਹ ਜੀ ਇੱਕ ਓਅੰਕਾਰ ਤੋਂ ਲੈ ਕੇ 10-20 ਤੱਕ ਆਪ ਜੀ ਦੀ ਬਾਣੀ ਪੜ੍ਹਦੇ ਹਾਂ। ਆਪ ਜੀ ਦੇ ਪਾਠੀ ਸਿੰਘ ਪਾਸੋਂ ਆਪ ਜੀ ਦੀ ਸੇਵਾ ਕਰਦਿਆਂ ਸੇਵਾਦਾਰ ਪਰਿਵਾਰਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਨਾਮ ਚੇਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ
ਤੇਰੇ ਬਾਣੀ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ ਗੁਰਪੁਰ ਚਰਨੀ ਲਾਇਆ ਹਰ ਸੰਗ ਸਹਾਈ ਆਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਈ ਸਰਦਾਰ ਗੁਰਦੇਵ ਸਿੰਘ ਚੱਕ ਟਰੂ ਜੀ ਨਿਮਿਤ ਹੋ ਰਹੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਇਕੱਤਰ ਹੋਈ ਸਰਬੱਤ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਦਾ ਫਰਮਾਨ ਆਪ ਸਭ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਹੋ, ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਉਹਨਾਂ ਦੇ ਕੀਰਤਨੀ ਜਥੇ ਨੇ ਬਰਾਗ ਲਈ ਕੀਰਤਨ ਕੀਤਾ, ਆਪਾਂ ਸਾਰਿਆਂ ਨੇ ਸਰਪਣ ਕੀਤਾ ਹੈ। ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਵਿੱਚ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਦੇ ਸੋਗਮਈ ਸਮਾਗਮ ਵਿੱਚ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਨੂੰ ਸ਼ਰਧਾ ਸੁਮਨ ਭੇਟ ਇਕੱਠੇ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਸਰਦਾਰ ਗੁਰਦੇਵ ਸਿੰਘ ਜੀ ਦਾ ਪਿਛਲੇ 8-10-12-8 ਸਾਲਾਂ ਤੋਂ ਸਾਡੇ ਨਾਲ ਜੋ ਸੰਬੰਧ ਬਣੇ ਸਨ ਬਹੁਤ ਹੀ ਨਿੱਘੇ ਸੰਬੰਧ ਸਨ। ਬੈਠੇ ਹੈ ਸੋਗ ਸਭਾ 'ਚ ਬੈਠੇ ਹੈ, ਦਿਲ 'ਚ ਖਿਆਲ ਆਉਂਦਾ ਕਿ ਗੁਰਦੇਵ ਸਿੰਘ ਇੰਨੇ ਨੇਕ ਬੰਦੇ ਸੀ, ਬਹੁਤ ਨੇਕ ਸੀ। ਆਫਟਰ ਰਿਟਾਇਰਮੈਂਟ ਨਿੱਕੀਆਂ ਕਰੁੰਗਲਾ ਮੈਗਜ਼ੀਨ ਦੇ ਸੰਪਾਦਕ ਨੇ, ਪਿਛਲੇ ਲੰਬੇ ਸਮੇਂ ਤੋਂ ਉਹ ਆਪਣੇ ਪੜ੍ਹਾਈ ਦੇ ਖੇਤਰ ਦੇ ਨਾਲ ਨਾਲ ਸਮਾਜਿਕ ਕਾਰਜਾਂ ਵਿੱਚ ਵੀ ਕੰਮ ਕਰਦੇ ਨੇ। ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਦਾ ਵੀ ਉਹਨਾਂ ਦੇ ਨਾਲ ਕੰਮ। ਇਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਅਤੇ ਮਹਾਂਵਾਕ ਅਨੁਸਾਰ ਸਰਦਾਰ ਗੁਰਦੇਵ ਸਿੰਘ ਜੀ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਨੇ। ਅੱਜ ਤੱਕ ਜਦੋਂ ਦੀ ਸ੍ਰਿਸ਼ਟੀ ਸਾਜੀ ਗਈ ਹੈ, ਜਦੋਂ ਦਾ ਸੰਸਾਰ ਹੋਂਦ ਵਿੱਚ ਆਇਆ, ਕਿਸੇ ਨੂੰ ਨਹੀਂ ਪਤਾ ਕਿੰਨੇ ਜੀਵ ਆਏ ਕਿੰਨੇ ਗਏ। ਦੁਖੀ ਹਿਰਦੇ ਨਾਲ ਭਿੱਜੀਆਂ ਅੱਖਾਂ ਲੈ ਕੇ ਹਾਜ਼ਰ ਮੇਰੇ ਭੈਣੋ ਭਰਾ, ਅੱਜ ਸਾਡੇ 'ਚ ਸਾਡਾ ਸਾਥੀ ਗੁਰਦੇਵ ਸਿੰਘ ਨਹੀਂ ਹੈ, ਸਾਨੂੰ ਸਾਰਿਆਂ ਨੂੰ ਬਹੁਤ ਦੁੱਖ ਆ।
ਉਹਨਾਂ ਨੇ ਜੋ ਸਮਾਜ ਪ੍ਰਤੀ ਕੰਮ ਕੀਤੇ ਸਾਰੇ। ਅੱਜ ਆਪਾਂ ਸੋਗਮਈ ਸਭਾ ਵਿੱਚ ਸ਼ਾਮਿਲ ਹੋਏ ਹਾਂ ਕਿਉਂਕਿ ਇੱਕ ਵਿਅਕਤੀ, ਸਧਾਰਨ ਵਿਅਕਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਵਿੱਚ ਜੁੜਵਣ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੀ ਲਿਖਿਆ ਸਰਦਾਰ ਗੁਰਦੀਪ ਸਿੰਘ ਜੀ ਦੀ ਹੋਏਗੀ। ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬੋਲੋ। ਮੇਰਾ ਨਾਮ ਗੁਰਦੀਪ ਸਿੰਘ ਭੇਲਾ, ਪਿੰਡ ਚੱਕ ਟਾਰੂ, ਡਾਕਖਾਨਾ ਬਾੜੀਆਂ ਕਲਾਂ, ਜ਼ਿਲ੍ਹਾ ਹੁਸ਼ਿਆਰਪੁਰ, ਪੰਜਾਬ। ਮੈਂ ਸਰਦਾਰ ਗੁਰਦੇਵ ਸਿੰਘ ਦਾ ਛੋਟਾ ਬ੍ਰਦਰ। ਇਹਨਾਂ ਦਾ ਨਾਮ ਸਰਦਾਰ ਗੁਰਦੇਵ ਸਿੰਘ, ਪਿਤਾ ਦਾ ਨਾਂ ਸਰਦਾਰ ਫੇਰੂ ਸਿੰਘ ਲੇਟ ਅਤੇ ਮਾਤਾ ਦਾ ਨਾਮ ਲੇਟ ਸ਼੍ਰੀਮਤੀ ਕਰਤਾਰ ਕੌਰ। ਇਹਨਾਂ ਦਾ ਡੇਟ ਆਫ ਬਰਥ 1/5/1943। ਇਹਨਾਂ ਨੇ BSC ਨੋਨ ਮੈਡੀਕਲ ਕੀਤੀ ਅਤੇ ਓਕੂਪੇਸ਼ਨ ਧੰਦਾ ਇਹਨਾਂ ਸਰਵਿਸ ਇੰਡੀਅਨ ਰੇਲਵੇ ਵਿੱਚ ਕੀਤੀ। ਇਹਨਾਂ ਨੇ 31/5/1963 ਨੂੰ ਰਿਚੂ ਘੁੱਟਾ ਰੇਲਵੇ ਸਟੇਸ਼ਨ ਬਿਹਾਰ ਦੇ ਵਿੱਚ ਜੁਆਇਨ ਕੀਤਾ। ਟੋਟਲ ਸਰਵਿਸ ਇਹਨਾਂ ਦੀ 36 ਸਾਲ ਦੀ ਹੋਈ। ਇਹਨਾਂ ਦੀ ਸ਼ਾਦੀ ਸ਼੍ਰੀਮਤੀ ਹਰਭਜਨ ਕੌਰ, ਸੁਪੁੱਤਰੀ ਬਾਬੂ ਰਤਨ ਸਿੰਘ ਅਤੇ ਲੇਟ ਸ਼੍ਰੀਮਤੀ ਕਰਤਾਰ ਕੌਰ, ਵਿਲੇਜ ਲੜੋਆ, ਡਿਸਟ੍ਰਿਕਟ ਜਲੰਧਰ ਨਾਲ ਹੋਈ। ਇਹਨਾਂ ਦੇ ਬੱਚੇ, ਬੇਟਾ ਡਾਕਟਰ ਜਗਤਾਰ ਸਿੰਘ, ਬੇਟੀ ਡਾਕਟਰ ਹਰਕਮਲਜੀਤ ਕੌਰ, ਅਤੇ ਇਹਨਾਂ ਦੀ ਰਿਟਾਇਰਮੈਂਟ ਡੇਟ 31/5/1999 ਰੇਲਵੇ ਸਟੇਸ਼ਨ ਜਲੰਧਰ ਐਜ ਏ ਸਟੇਸ਼ਨ ਮਾਸਟਰ ਹੋਈ। ਸੋਸ਼ਲ ਵਰਕ ਅਤੇ ਇਹਨਾਂ ਦਾ ਆਫਟਰ ਰਿਟਾਇਰਮੈਂਟ ਇਹ ਸੋਸ਼ਲ ਵਰਕ ਦੇ ਉੱਤੇ ਬਹੁਤ ਧਿਆਨ ਦਿੱਤਾ ਅਤੇ ਪ੍ਰੈਜੀਡੈਂਟ ਰਹੇ ਸ਼੍ਰੀ ਫੇਰੂ ਸਿੰਘ ਐਜੂਕੇਸ਼ਨਲ ਟਰੱਸਟ ਰਜਿਸਟਰਡ, ਵਿਲੇ ਚੱਕ ਟਾਰੂ, ਬਾੜੀਆਂ ਕਲਾਂ, ਡਿਸਟ੍ਰਿਕਟ ਹੁਸ਼ਿਆਰਪੁਰ ਅਤੇ ਪੰਜਾਬ। ਅਤੇ ਉਸ ਤੋਂ ਬਾਅਦ ਪ੍ਰੈਜੀਡੈਂਟ ਸ਼੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਪ੍ਰਬੰਧਕ ਕਮੇਟੀ ਚੱਕ ਅਟਾਰੂ, ਹੁਣ ਰੋਕ ਕੇ ਬਦਲ ਦੂਰ ਕਰ, ਅਤੇ ਡਿਸਟ੍ਰਿਕਟ ਜਨਰਲ ਸੈਕਟਰੀ, ਇੰਪਲਾਇਮੈਂਟ ਸੈੱਲ, ਬਹੁਜਨ ਭਾਰਤੀ ਜਨਤਾ ਪਾਰਟੀ, ਅਤੇ ਪ੍ਰੈਜੀਡੈਂਟ AIRRF ਰੇਲਵੇ ਜਲੰਧਰ ਨੌਰਦਰਨ ਰੇਲਵੇ, ਡਿਪਟੀ ਚੇਅਰਮੈਨ ਬਾਬਾ ਹੰਡੂ ਸਪੋਰਟਸ ਕਲੱਬ ਵਿਲੇ ਚੱਕ ਅਟਾਰੂ, ਪੋਸਟ ਆਫਿਸ ਬਾੜੀਆਂ ਕਲਾਂ, ਹੁਸ਼ਿਆਰਪੁਰ, ਪੰਜਾਬ। ਅਤੇ ਬਹੁਤ ਹੀ ਜ਼ਿਆਦਾ ਸਖਤ ਮਿਹਨਤੀ ਮੈਂਬਰ ਰਹੇ ਨੇ, ਹੋਰ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਮੈਂਬਰ ਰਹੇ ਨੇ। ਅਤੇ ਡੇਟ ਆਫ ਡੈਥ ਇਹ 11/11/2017 ਨੂੰ ਰਾਤ 10 ਵਜੇ ਪੂਰੇ ਹੋ ਗਏ। ਇਹਨਾਂ ਦੀ ਬੋਡੀ ਇਹਨਾਂ ਦੀ ਇੱਛਾ ਦੇ ਮੁਤਾਬਕ 6 ਘੰਟਿਆਂ ਦੇ ਅੰਦਰ ਅੰਦਰ ਕ੍ਰਿਸ਼ਚਨ ਮੈਡੀਕਲ ਕਾਲਜ ਅਤੇ ਮਿਸ ਬਰਾਊਨ ਹੋਸਪਿਟਲ ਨੂੰ ਦਾਨ ਕਰ ਦਿੱਤੀ ਗਈ ਹੈ। ਇਹਨਾਂ ਦੀ ਇੱਛਾ ਮੁਤਾਬਕ ਦਾਨ ਕਰ ਦਿੱਤੀ ਗਈ ਹੈ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੁਖ ਕੋ ਕੀਓ ਨਾ ਕੋਏ, ਮਹਾ ਨਾਨਕ ਸੁਨ ਰੇ ਮਨਾ, ਹਰ ਪਾਵੈ ਸੋ ਨਾਨਕ ਮਨ ਸਿਮਰ ਤੇ, ਪੂਰਨ ਹੋਵੈ ਕਾਮ ਕੋ, ਬਿਨ ਸੈ ਛਿਨ ਮੈਂ ਬੀਤ, ਜਿਹ ਪ੍ਰਾਣੀ ਹਰ ਜਸ ਕਹਿਓ, ਨਾਨਕ ਤੇ
ਇਹ ਜਗ ਜੀਤ ਜਿਹਨੇ ਕਟ ਸਿਮਰਨ ਰਾਮ ਕੋ ਨਰ ਮੁਕਤਾ ਜਾਨ ਇਹ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਪ੍ਰਾਣੀ ਕੈ ਨਾਹੀ ਮਨ ਆਹੇ ਤਨ ਸੁਆਮੀ ਕੋ ਗ੍ਰਹਿ ਜਿਉ ਸਦਾ ਸਵਾਨ ਤਜਤ ਨਹੀਂ ਨੇਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚੇਤ ਤੀਰਥ ਭਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨਿਹ ਫਲ ਜਾਤ ਤੇ ਜੋ ਕੁੰਚਰ ਇਸ਼ਨਾਨ ਕਹੋ ਨਾਨਕ ਇਹ ਜਗਤ ਮੈਂ ਜਪਿਓ ਗੁਰ ਮੰਤਰ ਰਾਮ ਨਾਮ ਉਰ ਮੈਂ ਗਹਿਓ ਜਾਕੇ ਸਮ ਨਹੀਂ ਕੋਏ ਇਹ ਸਿਮਰਤ ਸੰਕਟ ਮਿਟੈ ਨਾਲ ਸੁਤੁਹਾਰੋ ਹੋ ਥਾਲ ਵਿੱਚ ਤਿੰਨ ਬਸ ਤੂੰ ਪਈਆ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪੈਓ ਜਿਸ ਕਾ ਸਭ ਸਦਾਰੋ ਜੇ ਕੋ ਖਾਵੇ ਜੇ ਕੋ ਪਹੁੰਚੇ ਬਸਤ ਤਜੀ ਨਹਿ ਜਾਈ ਨਿਤ ਨਿਤ ਰੱਖ ਉਰ ਤਾਰੋ ਤਮ ਸੰਸਾਰ ਚਰਨ ਰਖ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹਲਾ ਪੰਜ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋਈ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸਰਜ ਨਾਨਕ ਨਾਮ ਮੇਰੇ ਤਾਂ ਜੀਵਾ ਤਨ ਮਨ ਥੀਰ ਹਰਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਮਾਲਾ
ਰਾਗ ਇੱਕ ਸੰਗ ਪੰਚ ਵਰੰਗਨ ਸੰਗ ਲੱਭ ਹੈ ਅੱਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰਹੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰਵੀ ਬਿਲਾਵਲੀ ਪੁਨ ਆਕੀ ਗਾਵਹਿ ਬੰਗਲੀ ਪੁਨ ਅਸਲੇਖੀ ਕੀ ਪਈ ਬਾਰੀ ਏ ਭੈਰੋ ਕੀ ਪੰਚੋ ਨਾਰੀ ਅਰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ ਹਰ ਧਾਰ ਕਿਰਪਾ ਸਤਿਗੁਰ ਮੇ ਲਾਇਆ ਧਨ ਧਨ ਕਹਿ ਸਾਬਾਸ ਜੀਓ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਭਾਣਾ ਆਓ ਮੈਂ ਪਾਸ ਜੀਓ ਹਰ ਭਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜੀਓ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਭਾਵੇ ਆਨੰਦ ਅਨਹਦ ਵਜੇ ਵਾਜੇ ਹਰ ਆਪ ਗਲ ਮੇਲਾਵੇ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤਿਗੁਰ ਪਾਣੈ ਆਪਣੈ ਬਹਿ ਪਰਵਾਰ ਸਦਾਇਆ ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਬਿਗਸੈ ਜਿਸ ਮਿਤ ਕੀ ਪੈਜ ਪਾਤਗੁਰੇ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤ ਹੋ ਸਭ ਜਗਤ ਪੈਰੀ ਪਾਇਆ ਲੇਖ ਰਜਾਏ ਜੀਓ ਕਹਿ ਸੁੰਦਰ ਸੁਣੋ ਸੰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਕਬੀਰ ਮੇਰਾ ਮੁਜਮ ਹੈ ਕਿਸਨੇ ਜੋ ਕਿਸ ਮਰਨਾ ਹੋਏ ਬਹੁਤ ਨਾ ਮਰਨਾ ਹੋਏ
ਸੰਸਾਰ ਕੋ ਨਾਨਕ ਫਿਰ ਨਹੀਂ ਕੋਏ। ਪਾਤਸ਼ਾਹ ਕਹਿੰਦੇ ਨੇ ਕਿ ਚਿੰਤਾ ਕਾਹਦੀ ਹੈ, ਇਹ ਮੁਸਾਫਰ ਖਾਨਾ ਹੈ ਜਿਸ ਵਿੱਚ ਇੱਕ ਜੀਵ ਆਉਂਦਾ ਤੇ ਇੱਕ ਚਲਾ ਜਾਂਦਾ। ਨਾਨਕ ਫਿਰ ਨਹੀਂ ਕੋਈ ਰਹਿਣ ਵਾਲਾ ਕੋਈ ਨਹੀਂ। ਚਾਰ ਭੁਜਾਂ ਹਨ, ਅੰਡ ਜੇਰਜ ਸੇਤ ਉਤ ਭੁਜ, ਜਿਸ ਵਿੱਚ ਸੰਸਾਰ ਉਸ ਮਾਲਕ ਨੇ ਅਕਾਲ ਪੁਰਖ ਨੇ ਵੰਡਿਆ ਹੋਇਆ ਹੈ। 84 ਲੱਖ ਜੂਨ ਹੈ ਜਿਸ ਦੇ ਵਿੱਚ ਸਭ ਕੁਛ ਆਉਂਦਾ ਹੈ, ਪਸ਼ੂ ਪਕਸ਼ੀ
ਪਾਣੀ ਵਾਲੇ ਜੀਵ, ਫਸਲਾਂ, ਦਰਖਤ ਆਦਿ ਮਨੁੱਖ, ਜਿਹਦੇ ਵਿੱਚ ਇੱਕ ਉੱਤਮ ਪਾਤਸ਼ਾਹ ਨੇ ਇਹ ਜੂਨ ਦੱਸੀ ਹੈ, ਕਿਹੜੀ ਮਨੁੱਖ ਦੀ, ਭਈ ਪ੍ਰਾਪਤ ਮਾਨਕ ਦੋਹਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਕਹਿੰਦੇ ਇਹੀ ਜੂਨ ਹੈ ਜਿਸ ਵਿੱਚ ਅਸੀਂ ਉਸ ਅਕਾਲ ਪੁਰਖ ਨੂੰ ਪਾ ਸਕਦੇ ਹਾਂ। ਹੋਰ ਕੋਈ ਵੀ ਜੂਨਾ ਹੈ ਉਸ ਅਕਾਲ ਪੁਰਖ ਦਾ ਨਾਮ ਨਹੀਂ ਲੈ ਸਕਦੇ। ਸਵਾਲ ਗੁਰੂ ਘਰ ਦੇ ਸੇਵਕ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਜੋ ਕੁਝ ਦਿਨਾਂ ਪਹਿਲਾਂ ਪਰਿਵਾਰਾਂ ਨੂੰ ਸਦੀਵੀ ਵਿਛੋੜਾ ਦੇ ਗਏ, ਤਿਨ੍ਹਾਂ ਦੀ ਆਤਮਕ ਸ਼ਾਂਤੀ ਵਾਸਤੇ ਸੇਵਕ ਪਰਿਵਾਰਾਂ ਨੇ ਆਪਣੇ ਗ੍ਰਹਿ ਵਿਖੇ ਕੁਝ ਰੋਜ਼ਾਂ ਤੋਂ ਇੱਕ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ, ਜਿਨ੍ਹਾਂ ਦੇ ਭੋਗ ਆਪ ਜੀਆਂ ਨੇ ਸਰਵਣ ਕੀਤੇ, ਉਪਰੰਤ ਰਾਮ ਕਲੀ ਸੱਤ ਦੇ ਜਾਪ ਸਰਵਣ ਕੀਤੇ, ਕਲਯੁਗ ਮਹਿ ਕੀਰਤਨ ਪ੍ਰਧਾਨਾਂ ਗੁਰਮੁਖ ਜਪੀ ਲਾਏ ਧਿਆਨਾਂ ਦੇ ਮਹਾਂਵਾਕ ਅਨੁਸਾਰ ਗੁਰਬਾਣੀ ਦਾ ਕੀਰਤਨ ਪ੍ਰਾਰੰਭ ਹੈ। ਸਵਾਲ, ਜਿੰਨਾ ਚਿਰ ਹੁਕਮ ਹੋਇਆ ਹੈ ਉਨਾ ਚਿਰ ਕੀਰਤਨ ਦੀ ਸੇਵਾ ਕਰਾਂਗੇ। ਸਾਧ ਸੰਗਤਾਂ ਨੂੰ ਬੇਨਤੀ ਹੈ ਮਨੋਵਿਰਤੀਆਂ ਕਾਦਰ ਕਰਕੇ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਹੈ ਜੀ। ਝੂਠੀ ਦੇਖੀ ਪ੍ਰੀਤ ਜਗਤ ਮੈਂ, ਝੂਠੀ ਦੇਖੀ ਪ੍ਰੀਤ, ਝੂਠੀ ਦੇਖੀ ਪ੍ਰੀਤ ਜਗਤ Thank you.
ਲੱਗਾ ਹੀ ਰਹਿੰਦਾ। 84 ਲੱਖ ਦੀ ਯੂਨੋਸ ਵਾਸਤੇ ਨਹੀਂ ਮੁਕਦੀ। ਸੋ ਜਿਹੜੇ ਰਿਸ਼ਤਾ ਨਿਭਾਉਂਦੇ ਆ ਉਹ ਭਵ ਸਾਗਰ ਤੋਂ ਪਾਰ ਹੋ ਜਾਂਦੇ। ਨਾਨਕ ਪੌਜਲ ਪਾਰ ਪਰੇ ਜੋ ਗਾਵੈ ਪ੍ਰਭ ਕੇ ਬੀਤ। ਪੌਜਲ ਤੋਂ ਪਾਰ ਹੋ ਜਾਂਦੇ ਭਾਵ ਇਹ 84 ਦਾ ਗੇੜ ਉਹਨਾਂ ਵਾਸਤੇ ਮੁੱਕ ਜਾਂਦਾ ਹੈ। ਆਉਣ ਜਾਣ ਦਾ ਗੇੜ ਉਹਨਾਂ ਵਾਸਤੇ ਖਤਮ ਹੋ ਜਾਂਦਾ ਹੈ। ਕੋਈ ਲੈ ਗਿਆ ਜਾਂ ਖੁਸ ਗਈ ਫਿਰ ਰੋਣ ਲੱਗਦਾ। ਅੱਜ ਕੱਲ ਸੰਸਾਰ ਦੇ ਵਿੱਚ ਇਹੀ ਹੋ ਰਿਹਾ। ਇਹ ਮਿੱਟੀ ਦਾ ਪੁਤਲਾ, ਇਹ ਸਰੀਰ, ਇਹ ਸਾਡਾ ਮਾਇਆ ਦੇ ਪਿੱਛੇ ਹੀ ਦੌੜਾ ਲਾ ਰਿਹਾ। ਜੋ ਅਸਲੀ ਕਰਮ ਇੱਥੇ ਕਰਨਾ ਸੀ ਉਹ ਛੱਡ ਦਿੱਤਾ ਹੈ। ਮਨ ਬਚ ਕਰਮ ਰਸ ਕਸਹਿ ਲੁਭਾਨਾ, ਬਿਨਸ ਗਿਆ ਜਾਏ ਕਹੂੰ ਸਮਾਨਾ। ਮਾਇਆ ਦੇ ਰਸ ਦੇ ਵਿੱਚ ਉਸ ਅਕਾਲ ਪੁਰਖ ਨੂੰ ਭੁੱਲ ਗਿਆ, ਵਿਸਾਰ ਦਿੱਤਾ ਹੈ ਉਸ ਅਕਾਲ ਪੁਰਖ ਨੂੰ। ਖਾਣਾ ਪੀਣਾ ਹੱਸਣਾ ਸੌਣਾ ਇਹੀ ਚੇਤਾ ਰਹਿ ਗਿਆ, ਵਿਸਰ ਗਿਆ ਹੈ ਮਰਨਾ। ਸੰਸਾਰ ਦੇ ਵਿੱਚ ਹਰ ਇੱਕ ਜੀਵ 100 ਵਿੱਚੋਂ 99% ਇਹੀ ਉਹਨਾਂ ਨੂੰ ਮਨ ਵਿੱਚ ਇਹੀ ਉਸਦੇ ਜੀਵ ਦੇ ਵਿੱਚ ਹੈ ਕਿ ਮੈਨੂੰ ਆਪਣੀ ਮੌਤ ਆਉਣੀ, ਮੈਂ ਸੰਸਾਰ ਤੇ ਸਦੀਵ ਹੀ ਰਹਿਣਾ ਹੈ। ਪਰ ਨਹੀਂ, ਮਹਾਰਾਜ ਕਹਿੰਦੇ ਇੱਕ ਦਿਨ ਕਿ ਸੰਸਾਰ ਤੋਂ ਜਾਣਾ ਪਵੇਗਾ। ਹਰ ਇੱਕ ਬੰਦਾ ਇਸ ਸੰਸਾਰ ਤੋਂ ਗਿਆ ਹੈ। ਦੁਨੀਆਂ ਦੇ ਵੱਡੇ ਵੱਡੇ ਰਾਜੇ, ਰਾਵਣ ਵਰ ਦਾ ਰਾਜਾ ਮਹਾਬਲੀ ਹੋਇਆ, ਕਹਿੰਦੇ 1 ਲੱਖ ਕੋਟ 1.25 ਲੱਖ ਨਾਤੀ ਤਾਂ ਰਾਵਣ ਘਰ ਦੀਆ ਨਾ ਬਾਕੀ, ਕਹਿੰਦੇ 1 ਲੱਖ 80 ਰਾਵਣ ਦੇ, 1.25 ਲੱਖ ਉਸਦੇ ਪੁੱਤਰੇ, ਪਰ ਉਸਦੇ ਘਰ ਵਿੱਚ ਕੋਈ ਦੀਵਾ ਬਾਲਣ ਵਾਲਾ ਨਹੀਂ ਬਚਿਆ। ਕਾਹਦਾ ਮਾਣ ਹੈ ਸਰੀਰ ਦਾ,
ਕਹਿੰਦੇ ਕਹਿ ਰਵਿਦਾਸ ਬਾਜੀ ਜਗ ਭਾਈ ਉਹ ਸਰਕਾਰ ਪੁਰਖ ਦੀ ਬਾਜੀ ਹੈ। ਉਹ ਜੋ ਵੱਡਾ ਬਾਜੀਗਰ ਬੈਠਾ ਹੈ ਨਾ ਉੱਪਰ ਅਕਾਲ ਪੁਰਖ, ਉਹ ਸਾਨੂੰ ਖਲਾਉਂਦਾ ਹੈ, ਅਸੀਂ ਖਲਾਉਣੇ ਹਾਂ ਉਸਦੇ, ਉਸਦੀਆਂ ਪਤੰਗਾਂ ਹੈ ਦੌੜ ਖਿੱਚਦਾ ਹੈ, ਪਤੰਗ ਕਿਧਰੇ ਜਾਂਦੀ ਹੈ ਭਾਈ, ਅਸੀਂ ਆਪ ਨੂੰ ਕੁਛ ਵੀ ਕਰਦੇ ਚੰਗੇ ਮਾੜੇ ਕਰਮ ਉਹ ਹੀ ਕਰਾਉਂਦਾ। 84 ਦਾ ਗੇੜ ਵੀ ਉਸਨੇ ਇਹ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੀਨੇ ਮਾਣਿਆ ਦੇ ਮਾਣ, ਨੇਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਗੁਰੂ ਗੱਦੀ ਤੇ ਵਿਰਾਜਮਾਨ, ਚਾਵਰ ਛਤਰ ਤਖਤਾਂ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਗੁਰੂ ਗਰੀਬ ਨਿਵਾਜ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀਆਂ ਦੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋ ਦੜੀ ਹੈ ਪ੍ਰਵਾਨ ਕਰਨੀ ਜੀ, ਜੋ ਦਿਨ ਆਵਹਿ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਭੀ ਚਲਨਾ, ਦੂਰ ਗਵਨ ਸਿਰ ਉਪਰ ਮਰਨਾ, ਕਿਆ ਤੂੰ ਸੋਇਆ ਜਾਗ ਏ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ ਦੇ ਮਹਾਂਵਾਕ ਅਨੁਸਾਰ ਪਾਤਸ਼ਾਹ ਜੀਓ, ਆਪ ਜੀਆਂ ਦੇ ਦਰ ਘਰ ਦੇ ਸੇਵਕ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ, ਜਿਨ੍ਹਾਂ ਨੂੰ ਆਪ ਜੀ ਨੇ ਸਵਾਸਾ ਰੂਪੀ ਪੂੰਜੀ ਦੇ ਕੇ ਇਸ ਮਾਤ ਲੋਕ ਵਿੱਚ ਭੇਜਿਆ ਸੀ ਪਾਤਸ਼ਾਹ, ਸੰਸਾਰਿਕ ਯਾਤਰਾ ਸਫਲੇ ਕਰਦਿਆਂ ਹੋਇਆ ਕੁਝ ਦਿਨਾਂ ਪਹਿਲਾਂ ਪਾਤਸ਼ਾਹ ਜੀਓ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲ ਚਲਾਣਾ ਕਰ ਗਏ ਸਨ। ਇਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਸੇਵਕ ਪਰਿਵਾਰਾਂ ਵੱਲੋਂ ਕੁਝ ਰੋਜ਼ਾਂ ਤੋਂ ਆਪ ਜੀ ਦੇ ਪਾਵਨ ਚਰਨ ਪਰਸਦੇ ਹਾਂ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤਨਟਾਈ ਜੀ ਦੇ ਇੱਕ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਵਾਏ ਸਨ। ਆਪ ਜੀ ਦੀ ਅਪਾਰ ਕਿਰਪਾ ਦੁਆਰਾ ਸਹਿਜ ਪਾਠਾਂ ਦੇ ਨਿਰਵਿਘਨਤਾ ਸਹਿਤ ਭੋਗ ਪਾਏ ਗਏ ਨੇ। ਪਾਤਸ਼ਾਹ ਜੀ ਇੱਕ ਓਅੰਕਾਰ ਤੋਂ ਲੈ ਕੇ 10-20 ਤੱਕ ਆਪ ਜੀ ਦੀ ਬਾਣੀ ਪੜ੍ਹਦੇ ਹਾਂ, ਆਪ ਜੀ ਦੇ ਪਾਠੀ ਸਿੰਘ ਪਾਸੋਂ, ਆਪ ਜੀ ਦੀ ਸੇਵਾ ਕਰਦਿਆਂ ਸੇਵਾਦਾਰ ਪਰਿਵਾਰਾਂ ਪਾਸੋਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਹੋ ਜਾਂਦੀਆਂ ਨੇ। ਭੁੱਲਣ ਅੰਦਰ ਸਭ ਕੋ ਭੁੱਲ, ਗੁਰੂ ਕਰਤਾਰ ਦੇ ਮਹਾਂਵਾਕ ਅਨੁਸਾਰ ਰਹੀਆਂ ਤਰੁੱਟੀਆਂ ਦੇ ਲਈ ਮਾਫ਼ੀ ਦੇ ਜਾਚਕ ਹਾਂ। ਕਿਰਪਾ ਕਰਨੀ, ਪੜ੍ਹੀ ਸੁਣੀ ਬਾਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰਨੀ, ਸੇਵਾ ਥਾਂ ਪਾਵਣੀ, ਬਾਣੀ ਦਾ ਫਲ ਸੇਵਾ ਦਾ ਫਲ, ਵਿਛੜੀ ਹੋਈ ਰੂਹ ਨੂੰ ਬਖਸ਼ਣਾ, ਆਵਾਗਾਉਣ ਦੇ ਚੱਕਰਾਂ ਤੋਂ ਬਚਾਉਣਾ, 84 ਦੇ ਗੇੜ ਤੋਂ ਬਚਾ ਕੇ ਸਦੀਵ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਵੱਲ ਬਖਸ਼ਣਾ, ਪਰਿਵਾਰਾਂ ਦੇ ਆਉਣ ਵਾਲਾ ਸਮਾਂ ਸੁਭਾਗਾ ਬਖਸ਼ਿਸ਼ ਕਰਨਾ, ਚੜ੍ਹਦੀਆਂ ਕਲਾਂ ਬਖਸ਼ਣੀਆਂ। ਕਿਰਪਾ ਕਰਨੀ ਪਾਤਸ਼ਾਹ, ਭੋਗਾਂ ਤੋਂ ਉਪਰੰਤ ਸੇਵਾਦਾਰ ਪਰਿਵਾਰਾਂ ਵੱਲੋਂ ਆਪ ਜੀ ਨਵੀਨ ਪੁਸ਼ਾਕੇ ਪਹਿਨਾਏ ਗਏ ਨੇ, ਅੰਗੀ ਸੋਭ ਹੋਵਣ। ਕਿਰਪਾ ਕਰਨੀ ਸੇਵਾਦਾਰ ਪਰਿਵਾਰਾਂ ਦੇ ਲੋਕ ਪ੍ਰਲੋਕ ਪਰਦੇ ਗੱਜਣੇ, ਇੱਜ਼ਤ ਪਾਤੀ ਰੱਖਿਆ ਕਰਨੀ, ਦੁੱਖਾਂ ਦਾ ਨਾਸ਼ ਸੁੱਖਾਂ ਦਾ ਪ੍ਰਕਾਸ਼ ਤੇ ਭਜਨ ਬੰਦਗੀ ਦਾ ਪ੍ਰਤਾਪ ਬਖਸ਼ਿਸ਼ ਕਰਨਾ। ਆਪ ਜੀ ਦੇ ਪਾਠੀ ਸਿੰਘ ਦੇ ਮਹਾਰਾਜ ਉਪਜੀਵਕਾ ਵਾਸਤੇ ਬਿਆੰਤ ਮਾਇਆ ਵਸਤਰ ਬਿਸਤਰ ਵਰਤਨ ਜੋੜਾ ਆਦਿਕ ਵਸਤਾਂ ਹਾਜ਼ਰ ਕੀਤੀਆਂ ਨੇ।
ਜਿਨ੍ਹਾਂ ਖਜ਼ਾਨਿਆਂ ਭੰਡਾਰਿਆਂ ਤੋਂ ਮਾਇਆ ਵਸਤਾ ਹਾਜ਼ਰ ਹੋਈਆਂ, ਖਜ਼ਾਨੇ ਭੰਡਾਰੇ ਧਰਮ ਦੀ ਕਿਰਤ ਕਮਾਈ ਨਾਲ ਭਰਪੂਰ ਕਰਨੇ, ਕਾਲ ਕੰਟਕ ਦੂਰ ਕਰਨੇ, ਬੀਜਿਆ ਹਰਿਆ ਕਰਨਾ ਪਾਤਸ਼ਾਹ ਜੀਓ, ਭੋਗਾਂ ਤੋਂ ਉਪਰੰਤ ਆਪ ਜੀ ਦੇ ਸ਼ਕਨ ਹੇਤ ਪੰਚਾ ਰੂਪੀ ਕੜਾ ਪ੍ਰਸ਼ਾਦੀ ਦੇਗ ਤਥਾ ਗੁਰੂ ਕਾ ਲੰਗਰ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਦਰ ਪ੍ਰਵਾਨੇ ਆ, ਗੁਰੂ ਕਾ ਲੰਗਰ ਦੇਗ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ। ਜੋ ਜੀ ਛਕੇ ਵਾਹਿਗੁਰੂ 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 ਜਪੇ, ਪਾਤਸ਼ਾਹ ਜੀ ਆਪ ਜੀ ਦੇ ਦਾਸਾਂ ਵੱਲੋਂ ਆਪ ਜੀ ਦੇ ਮਹਾਰਾਜ ਜੀ ਗੁਰੂ ਘਰ ਵਾਸਤੇ 1100 ਰੁਪਈਆ ਭੇਟਾ ਕਰਦੇ ਹਨ। ਕਿਰਪਾ ਕਰਨੀ, ਜਿਨ੍ਹਾਂ ਖਜ਼ਾਨਿਆਂ ਤੋਂ ਮਾਇਆ ਹਾਜ਼ਰ ਹੋਈ, ਖਜ਼ਾਨੇ ਹੱਕ ਸੱਚ ਦੀ ਕਮਾਈ ਨਾਲ ਭਰਪੂਰ ਕਰਨੇ, ਕਿਰਪਾ ਕਰਨੀ, ਇਹਨਾਂ ਮਨੋਰਥਾਂ ਦਾ ਫਲ ਵਿਛੀ ਹੋਏ ਰੂਹ ਨੂੰ ਬਖਸ਼ਣਾ ਪਾਤਸ਼ਾਹ ਜੀਓ। ਉਪਰੰਤ ਆਪ ਜੀ ਦੀ ਨਿਰੋਲ ਬਾਣੀ ਦੇ ਕੀਰਤਨ ਗਾਣ ਕੀਤੇ ਗਏ ਨੇ ਪਾਤਸ਼ਾਹ, ਕਿਰਪਾ ਕਰਨੀ, ਸੰਗਤਾਂ ਵੱਲੋਂ ਪਰਿਵਾਰਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਮਹਾਰਾਜ, ਕਿਰਪਾ ਕਰਨੀ, ਖਜ਼ਾਨੇ ਧਰਮ ਦੀ ਕਿਰਤ ਕਮਾਈ ਨਾਲ ਭਰਪੂਰ ਕਰਨੇ, ਦਾਰਾ ਸਾਧ ਸੰਗਤ ਦੀ ਹਾਜ਼ਰੀ ਤ੍ਰਿਫੁਰ ਭੇਟਾਵਾਂ ਆਪਣੇ ਚਰਨੀ ਪ੍ਰਵਾਨ ਕਰਨੀਆਂ, ਕਦਮ ਕਦਮ ਚੜਿਆ ਲੇਖੇ ਵਿੱਚ ਲਾਉਣਾ ਹਰ ਕਾਰਜ ਹਰ ਮੈਦਾਨ ਹਰ ਦੀਵਾਨ ਫਤਿਹ ਬਖਸ਼ਿਸ਼ ਕਰਨੀ। ਪਾਤਸ਼ਾਹ ਇਸ ਵਕਤ ਅਲਾਹੀ ਦਰਬਾਰ ਤੋਂ ਸ਼ਾਹੀ ਫੁਰਮਾਨ ਹੁਕਮਨਾਮੇ ਬਖਸ਼ੋ, ਹੁਕਮ ਤੇ ਚੱਲਣ ਦੀ ਸਮਰੱਥਾ ਬਖਸ਼ੋ, ਸਭਨਾ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਵੱਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤਾ ਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਇਆ ਮੋਹ ਪਰਮ ਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ। ਇੱਕ ਉੱਤਮ ਪੰਥ ਸੁਨਿਓ ਗੁਰ ਸੰਗਤ, ਤੇਹ ਮਿਲੰਤ ਜਮ ਤ੍ਰਾਸ ਮਿਟਾਈ। ਇੱਕ ਅਰਦਾਸ ਪਾਠ ਕੀਰਤ ਕੀ, ਗੁਰ ਰਾਮਦਾਸ ਰਾਖੋ ਸਰਣਾਈ। ਸੋ ਕਹੋ ਟਲ ਗੁਰ ਸੇਵੀ, ਅਹਨਸ ਸਹਿਜ ਸੁਪਾਏ, ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾ, ਗੁਰਪੂਰ ਚਰਨੀ ਲਾਇਆ, ਹਰ ਸੰਗ ਸਹਾਈ ਪਾਇਆ, ਜਹ ਜਾਈਐ
ਤਹਾਂ ਸੁਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਗੁਣ ਗਾਵ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵ ਜੀ ਕੈ ਸੰਗ ਸਹਾਈ ਰਹਾਉ ਨਾਰਾਇਣ ਪ੍ਰਾਣ ਆਧਾਰਾ ਹਮ ਸੰਤ ਜਨਾਰੇ ਨਾਰਾ ਪਤਿਤ ਪੁਨੀਤ ਕਰ ਲੀਨੇ ਕਰ ਕਿਰਪਾ ਹਰ ਜਸ ਦੀਨੇ ਪਾਰ ਬ੍ਰਹਮ ਕਰੇ ਪ੍ਰਤਪਾਲ ਸਾਧ ਜੀ ਸੰਗ ਰਖਬਲ ਹਰ ਦਿਨ ਰਹਿਣ ਕੀਰਤਨ ਗਾਈਐ ਬਹੁੜ ਨਾ ਜੋਨੀ ਪਾਈਐ ਜਿਸ ਦੇਵੈ ਪੁਰਖ ਬਿਧਤ ਹਰ ਰਸ ਤਿਨਹੀ ਜਤ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਿਸ ਦੇਵੈ ਪੁਰਖ ਬਿਧਤ ਹਰ ਰਸ ਤਿਨਹੀ ਜਤ ਜਮ ਕੰਕਰ ਨੇੜ ਨ ਆਇਆ ਸੁਖ ਨਾਨਕ ਸ਼ਰਣੀ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਹੀ ਜੋ ਪਗੜੀ ਹੈ ਜੀ ਸਾਹਿਬ ਭਾਈ ਸਾਹਿਬ ਨਿਰਮਲ ਸਿੰਘ ਜੀ ਆਪ ਜੀ ਨੂੰ ਸਾਰਾ ਹੀ ਦੱਸਣਗੇ। ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ। ਬੀਬੀਆਂ ਨੂੰ ਬੇਨਤੀ ਹੈ ਕਿ ਬਾਕੀ ਸਾਰਾ ਜੋ ਵੀ ਬਾਅਦ ਚੋਂ ਕਰ ਲਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਸੁਣ ਮੈਂ ਬੇਨਤੀ ਕਰਾਂ ਭਾਈ ਸਾਹਿਬ ਨਿਰਮਲ ਸਿੰਘ ਜੀ ਸਿੱਖ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਈ ਸਰਦਾਰ ਗੁਰਦੇਵ ਸਿੰਘ ਚੱਕ ਟਰੂ ਜੀ ਨਿਮਿਤ ਹੋ ਰਹੇ ਇਸ ਸ਼ਰਧਾਂਜਲੀ ਸਮਾਗਮ ਵਿੱਚ ਇਕੱਤਰ ਹੋਈ ਸਰਬੱਤ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ,
ਗੁਰਬਾਣੀ ਦਾ ਫਰਮਾਨ ਹੈ ਕਿ ਦਰਿਆਵੇ ਕੰਨੇ ਵਗਲਾ ਬੈਠਾ ਕੇਲ ਕਰੇ, ਕੇਲ ਕਰਿੰਦੇ ਹੰਝ ਨੂੰ ਅਚਿੰਤੇ ਬਾਜ ਪਏ। ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੇ ਗਾਲੀ ਰੱਬ ਕੀਆਂ। ਇਸ ਸ਼ਰਧਾਂਜਲੀ ਸਮਾਗਮ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਦੇ ਪਰਿਵਾਰਕ ਮੈਂਬਰ, ਉਹਨਾਂ ਦੇ ਰਿਸ਼ਤੇਦਾਰ, ਸੱਜਣ ਮਿੱਤਰ ਸਾਰੇ ਅੱਜ ਅਸੀਂ ਇਕੱਤਰ ਹੋਏ ਹਾਂ ਅਤੇ ਉਹ ਗੱਲਾਂ ਜਿਨ੍ਹਾਂ ਦਾ ਇਨਸਾਨ ਦੇ ਵੱਸ ਵਿੱਚ ਨਹੀਂ, ਉਹ ਗੱਲਾਂ ਜਿਹੜੀਆਂ ਹੈ ਉਸ ਅੱਜ ਅਸੀਂ ਸਮਾਗਮ ਸਪੋਰਟਸ ਕਲੱਬਾਂ ਦੇ ਨਾਲ ਸੰਬੰਧਿਤ ਰਹੇ ਅਤੇ ਇਸ ਤੋਂ ਬਿਨਾਂ ਅਪਲਾਈ ਸੈੱਲ BAP ਦੇ ਵਿੱਚ ਵੀ ਉਹ ਬਹੁਤ ਲੰਬਾ ਸਮਾਂ ਮਿਹਨਤ ਨਾਲ ਕੰਮ ਕਰਦੇ ਰਹੇ ਅਤੇ ਇੱਕ ਸੇਵਾ ਸੰਸਥਾ ਹੈ ਜਿਹੜੇ ਸਾਡੇ ਚੱਡਾ ਸਾਹਿਬ ਜੀ ਆਏ ਹੋਏ ਨੇ, ਉਹ ਇੱਕ ਅਵਿਨਾਸ਼ ਰਾਏ ਖੰਨਾ ਜੀ MP ਸਾਹਿਬ, ਉਹਨਾਂ ਦੀ ਦੇਖ ਰੇਖ ਹੇਠ ਚੱਲਦੀ ਆ, ਉਹਨਾਂ ਦੇ ਵਿੱਚ ਵੀ ਉਹ ਬਹੁਤ ਜ਼ਿੰਮੇਵਾਰੀ ਦੇ ਨਾਲ ਕੰਮ ਕਾਰ ਨਿਭਾਉਂਦੇ ਰਹੇ। ਇਹਨਾਂ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ। ਭਾਰਤੀ ਜਨਤਾ ਪਾਰਟੀ ਦੇ ਵਿੱਚ ਸਾਡੇ ਰਜੇਸ਼ ਅਰੋੜਾ ਜੀ ਆਏ ਆ, ਪਛਮਿੰਗਣਾ ਜੀ ਆਏ ਆ, ਇਹਨਾਂ ਦੇ ਨਾਲ ਵੀ ਉਹਨਾਂ ਨੇ ਬਹੁਤ ਵਧੀਆ ਢੰਗ ਦੇ ਨਾਲ ਕੰਮ ਕਾਰ ਕੀਤੇ ਨੇ ਅਤੇ ਅਖੀਰ 11/11/2017 ਨੂੰ ਤਕਰੀਬਨ 10 ਵਜੇ ਉਹ ਜਿਹੜਾ ਸੀ ਉਹਨਾਂ ਨੇ ਅੰਤਿਮ ਸਵਾਸ ਲਿਆ ਇਸੇ ਘਰ ਦੇ ਵਿੱਚ ਅਤੇ ਉਹਨਾਂ ਦੇ ਕਹਿਣ ਦੇ ਅਨੁਸਾਰ ਪਰਿਵਾਰ ਵਾਲਿਆਂ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇਹ ਸੀ ਉਹ ਲਗਭਗ 2 ਘੰਟੇ ਤੋਂ ਬਾਅਦ ਜਿਵੇਂ ਉਹਨਾਂ ਨੇ ਕਿਹਾ ਸੀ ਕਿ ਦਯਾਨੰਦ ਮੈਡੀਕਲ ਕਾਲਜ ਦੇ ਵਿੱਚ ਡੋਨੇਟ ਕਰਨੀ ਹੈ, CMC ਨਹੀਂ DMC ਹੈ, ਦਯਾਨੰਦ ਮੈਡੀਕਲ ਖੋਜਾਂ ਦੇ ਵਾਸਤੇ ਕੰਮ ਆ ਸਕੇ। ਸੋ ਉਹਨਾਂ ਨੇ ਇਹ ਉਹਨਾਂ ਦਾ ਇੱਕ ਜੀਵਨ ਸੀ ਤੇ ਹੁਣ ਆਪਾਂ ਇਸ ਗੱਲ ਨੂੰ ਅੱਗੇ ਤੋਰਦੇ ਹੋਏ ਉਹਨਾਂ ਦੇ ਜੀਵਨ ਨਾਲ ਸੰਬੰਧਿਤ ਜਿਹੜਾ ਹੈਗਾ ਆਪਾਂ 1 ਘੰਟਾ ਦੇ ਨੇੜੇ ਤੇੜੇ ਇਹ ਸ਼ਰਧਾਂਜਲੀ ਸਮਾਗਮ ਪਰਿਵਾਰ ਵੱਲੋਂ ਮਿਥਿਆ ਗਿਆ, ਉਹਦੇ ਵਿੱਚ ਹੀ ਆਪਾਂ ਜਿਹੜੇ ਹੈਗੀਆਂ ਉਹਨਾਂ ਦੀਆਂ ਜੀਵਨ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ। ਸੋ ਮੇਰੀ ਵੱਖ ਵੱਖ ਬੁਲਾਰਿਆਂ ਨੂੰ ਬੇਨਤੀ ਆ ਕਿ ਜਿਹਨਾਂ ਨੂੰ ਵੀ ਸਮਾਂ ਦਿੱਤਾ ਜਾਂਦਾ ਉਹ ਆਪਣੇ ਸਮੇਂ ਦੇ ਵਿੱਚ 2-4 ਦੇ ਮਿੰਟ ਦੇ ਵਿੱਚ ਵੀ ਇੱਕ ਆਪਣੀ ਜ਼ਿੰਦਗੀ ਨਾਲ ਉਹਨਾਂ ਦੀ ਕੋਈ ਸੰਬੰਧਿਤ ਗੱਲ ਕੋਈ ਯਾਦ ਕਰਕੇ ਜਾਣ। ਸਭ ਤੋਂ ਪਹਿਲਾਂ ਮੇਰੀ ਬੇਨਤੀ ਆ ਮਾਸਟਰ ਸਰਵਣ ਰਾਮ ਜੀ, ਉਹ 2-4 ਮਿੰਟ ਵਾਸਤੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ। ਮਾਸਟਰ ਸਰਵਣ ਰਾਮ ਜੀ, ਪਰਮ ਸਤਿਕਾਰਯੋਗ ਗੁਰੂ ਪਿਆਰੇ ਗੁਰੂ, ਸਤਿਕਾਰੀ ਸਤਿ ਸੰਗਤ, ਆਪ ਸਭ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਹੋ, ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਉਪਰੰਤ ਭਾਈ ਸਾਹਿਬ ਭਾਈ ਮਨਜਿੰਦਰ ਸਿੰਘ ਜੀ ਉਹਨਾਂ ਦੇ ਕੀਰਤਨੀ ਜਥੇ ਨੇ ਬਰਾਗ ਲਈ ਕੀਰਤਨ ਕੀਤਾ, ਆਪਾਂ ਸਾਰਿਆਂ ਨੇ ਸਰਪਣ ਕੀਤਾ ਹੈ। ਤੇਰਾ ਭਾਣਾ ਮਿੱਠਾ ਲਾਗੇ, ਜੋ ਉਪਜੈ ਸੋ ਵਿੰਸ ਹੈ ਜਾਣ ਲਿਓ ਰੇ ਮੀਤ। ਗੁਰਬਾਣੀ ਦਾ ਕਥਨ ਹੈ ਕਿ ਆਪਾਂ ਸਾਰਿਆਂ ਨੇ ਹੀ ਇਸ ਦੁਨੀਆਂ ਤੋਂ ਜਾਣਾ ਹੈ, ਜੋ ਚੀਜ਼ ਇੱਥੇ ਪੈਦਾ ਹੋਈ ਉਹਦਾ ਅੰਤ ਵੀ ਹੈ।
ਸਰਦਾਰ ਗੁਰਦੇਵ ਸਿੰਘ ਜੀ ਆਪਣੀ ਸੰਸਾਰਕ ਯਾਤਰਾ ਨੂੰ ਪੂਰਿਆਂ ਕਰਦਿਆਂ ਸਾਨੂੰ ਅਲਵਿਦਾ ਕਹਿ ਗਏ, ਸਦੀਵੀ ਵਿਛੋੜਾ ਦੇ ਗਏ। ਰਲਾ ਮਿਲਾ ਕੇ ਬਹੁਤ ਸਾਰੀਆਂ ਜਥੇਬੰਦੀਆਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ, ਜਿਵੇਂ ਕਿ ਸਾਡੇ ਸੈਕਟਰੀ ਸਾਹਿਬ ਨਿਰਮਲ ਸਿੰਘ ਜੀ ਉਹਨਾਂ ਨੇ ਜ਼ਿਕਰ ਕਰ ਹੀ ਦਿੱਤਾ। ਮੈਂ ਆਪਣੇ ਵੱਲੋਂ ਅਤੇ ਆਪਣੇ ਨਿੱਕੀਆਂ ਕਰੁੰਬਲਾਂ ਵੱਲੋਂ ਟਰੱਸਟ ਵੱਲੋਂ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਨੂੰ ਨਿੱਘੀ ਸ਼ਰਧਾਂਜਲੀ ਭੇਂਟ ਕਰਦਾ ਹਾਂ ਅਤੇ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਵਾਸ ਦੇਵੇ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਇਹਨਾਂ ਸ਼ਬਦਾਂ ਦੇ ਨਾਲ ਹੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਅੱਜ ਦੇ ਇਸ ਸਮਾਗਮ ਦੇ ਲਈ ਮਾਨਯੋਗ ਅਵਿਨਾਸ਼ ਰਾਏ ਖੰਨਾ ਜੀ, MP ਸਾਹਿਬ, ਰਾਸ਼ਟਰੀ ਮੀਤ ਪ੍ਰਧਾਨ ਭਾਰਤੀ ਜਨਤਾ ਪਾਰਟੀ। ਉਹਨਾਂ ਦਾ ਇੱਕ ਸ਼ੋਕ ਸੰਦੇਸ਼ ਆਇਆ ਜੀ, ਉਹਨਾਂ ਨੇ ਲਿਖਿਆ ਕਿ ਹਮਾਰੀ ਸੰਸਥਾ ਕੇ ਸੰਸਥਾਪਕ ਸਦੱਸਯ ਸਰਦਾਰ ਗੁਰਦੇਵ ਸਿੰਘ ਜੀ ਕੇ ਦੇਹਾਂਤ ਸੇ ਪਰਿਵਾਰ ਕੇ ਸਾਥ ਸਾਥ ਹਮਾਰੀ ਸੰਸਥਾ ਨੇ ਏਕ ਸਮਾਜ ਸੇਵਕ ਕੋ ਖੋ ਦਿਆ ਹੈ। ਉਨਕੇ ਦੁਆਰਾ ਸਮਾਜ ਭਲਾਈ ਕੇ ਲੀਏ ਕਾਰਿਓਂ ਕੋ ਸਦੈਵ ਹਮੇਸ਼ਾ ਯਾਦ ਕੀਆ ਜਾਏਗਾ ਔਰ ਇਨਕੀ ਯਾਦੇ ਹਮਾਰੇ ਲੀਏ ਮਾਰਗਦਰਸ਼ਕ ਕਰਤੀ ਰਹੇਗੀ। ਸੋ ਇਹ ਸੰਦੇਸ਼ ਜੀ ਸਰਦਾਰ ਅਵਿਨਾਸ਼ ਰਾਏ ਖੰਨਾ ਜੀ ਦਾ ਆਇਆ। ਅਤੇ ਹੁਣ ਮੇਰੀ ਬੇਨਤੀ ਆ ਕੁਝ ਮਿੰਟ ਵਾਸਤੇ ਸਾਡੇ ਬਹੁਤ ਹੀ ਸਤਿਕਾਰਤ ਰਜੇਸ਼ ਅਰੋੜਾ ਜੀ ਜਿਹੜੇ ਕਿ BJP ਦੇ ਮੰਡਲ ਪ੍ਰਧਾਨ ਨੇ, ਉਹਨਾਂ ਦੇ ਨਾਲ ਵੀ ਗੁਰਦੇਵ ਸਿੰਘ ਜੀ ਦੀ ਬਹੁਤ ਸਾਂਝ ਸੀ, ਸਾਰੀ ਪਾਰਟੀ ਦੇ ਨਾਲ ਹੀ ਸਾਂਝ ਸੀ। ਉਹ ਕੁਝ ਮਿੰਟ ਵਾਸਤੇ ਆਪਣੀ ਗੱਲ ਤੁਹਾਡੇ ਨਾਲ ਸਾਂਝੀ ਕਰਨਗੇ। ਰਜੇਸ਼ ਅਰੋੜਾ ਜੀ, ਗੁਰੂਆਂ ਦੀ ਜੋਤ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਵਿੱਚ ਬੈਠੀ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਅੱਜ ਦੇ ਸੋਗਮਈ ਸਮਾਗਮ ਵਿੱਚ ਅਸੀਂ ਸਰਦਾਰ ਗੁਰਦੇਵ ਸਿੰਘ ਜੀ ਨੂੰ ਸ਼ਰਧਾ ਸੁਮਨ ਭੇਟ ਇਕੱਠੇ ਕਰਨ ਵਾਸਤੇ ਇੱਥੇ ਇਕੱਠੇ ਹੋਏ ਹਾਂ। ਸਰਦਾਰ ਗੁਰਦੇਵ ਸਿੰਘ ਜੀ ਦਾ ਪਿਛਲੇ 8-10-12-8 ਸਾਲਾਂ ਤੋਂ ਸਾਡੇ ਨਾਲ ਜੋ ਸੰਬੰਧ ਬਣੇ ਸਨ ਬਹੁਤ ਹੀ ਨਿੱਘੇ ਸੰਬੰਧ ਸਨ। ਪਾਰਟੀ ਵਾਸਤੇ ਤਾਂ ਉਹ ਕੰਮ ਕਰਦੇ ਹੀ ਸਨ, ਲੇਕਿਨ ਉਹਨਾਂ ਦੇ ਸਾਡੇ ਨਾਲ ਘਰੇਲੂ ਸੰਬੰਧ ਇਸ ਤਰ੍ਹਾਂ ਦੇ ਬਣ ਗਏ ਸਨ ਕਿ ਕੋਈ ਵੀ ਦੁੱਖ ਸੁੱਖ ਹੋਵੇ, ਕਿਤੇ ਵੀ ਆਉਣਾ ਜਾਣਾ ਹੋਵੇ, ਅਸੀਂ ਜਦੋਂ ਵੀ ਉਹਨਾਂ ਨੂੰ ਫੋਨ ਕਰਨਾ ਇੱਕ ਮਿੰਟ ਨਹੀਂ ਲਾਉਂਦੇ ਸੀ। ਸੰਜੀਵ ਜੀ ਨੇ ਕਰਨਾ ਜਾਂ ਮੈਂ ਕਰਨਾ, ਸਰਦਾਰ ਗੁਰਦੇਵ ਸਿੰਘ ਜੀ ਵੀ ਆਹ ਸਾਡਾ ਕੰਮ ਆ ਜਾਂ ਇੱਥੇ ਜਾਣਾ, ਉਸੇ ਵੇਲੇ ਸਾਡੇ ਕੋਲ ਪਹੁੰਚ ਜਾਂਦੇ ਸਨ। ਜਿਵੇਂ ਅੱਜ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਨੇ ਵੀ ਆਪਣਾ ਸੰਦੇਸ਼ ਭੇਜਿਆ ਹੈ, ਇਹ ਹੀ ਹੈ ਕਿ ਉਹ ਪਾਰਟੀ ਵਿੱਚ ਵੀ ਮੋਰਲੀ ਕਤਾਰ ਵਿੱਚ ਪਹੁੰਚ ਗਏ ਸਨ। ਪਾਰਟੀ ਦੇ ਵਿੱਚ ਵੀ ਉਹਨਾਂ ਨੇ ਹਰ ਕੰਮ ਜਿੱਥੇ ਖੰਨਾ ਜੀ ਉਹਨਾਂ ਨੂੰ ਲੈ ਕੇ ਆਏ ਸਨ, ਪਾਰਟੀ ਵਿੱਚ ਉਹਨਾਂ ਨੇ ਇੱਕ ਹੀਰਾ ਚੁਣਿਆ ਸੀਗਾ ਕਿ ਦੇਖਿਆ ਸੀਗਾ ਕਿ ਹੀਰਾ ਜਿਹੜਾ ਪਾਰਟੀ ਦਾ ਹੈ ਵਧੀਆ, ਜਿਹੜਾ ਲੋਕਾਂ ਨੂੰ ਸਹੀ ਸੇਧ ਦੇ ਸਕਦਾ ਹੈ ਅਤੇ ਉਹਨਾਂ ਨੇ ਕੰਮ ਕਰ ਸਕਦਾ ਹੈ, ਲੋਕਾਂ ਦੇ ਵਾਸਤੇ ਕੰਮ ਕਰ ਸਕਦਾ ਹੈ। ਅਤੇ ਖੰਨਾ ਜੀ ਨੇ ਉਹਨਾਂ ਨੂੰ ਦੇਖ ਕੇ ਚੁਣ ਕੇ ਹੀ ਐਡੀ ਜ਼ਿੰਮੇਵਾਰੀਆਂ ਨਾਲ ਸੌਂਪੀਆਂ ਸਨ, ਕਿਉਂਕਿ ਸਾਡੀ ਪਾਰਟੀ ਦੇ ਵਿੱਚੋਂ ਜਿੱਥੋਂ ਇੱਕ ਸਾਡੇ ਵਿੱਚੋਂ ਸਾਡਾ ਮੈਂਬਰ ਚਲ ਗਿਆ ਹੈ, ਉੱਥੇ ਸਾਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਪਰਿਵਾਰ ਨੂੰ ਘਾਟਾ ਪਿਆ ਹੈ, ਦੇਸ਼ ਵਾਸਤੇ ਔਰ ਸਾਡੇ ਸਟੇਟ ਵਾਸਤੇ ਜੋ ਘਾਟੇ, ਬਹੁਤ ਵੱਡੇ ਘਾਟੇ ਦੀ ਗੱਲ ਹੈ। ਜਿਵੇਂ ਗੱਲ ਕਰ ਰਹੇ ਸੀ ਸਰਦਾਰ ਗੁਰਦੇਵ ਸਿੰਘ ਜੀ ਦੀ ਕਿ ਉਹਨਾਂ ਨੇ ਆਪਣੇ ਫਾਦਰ ਸਾਹਿਬ ਦੇ ਨਾਮ ਉੱਤੇ ਟਰੱਸਟ ਬਣਾਇਆ ਸੀ, ਉਸ ਦੇ ਲਈ ਮੈਨੂੰ ਵੀ ਉਹਨਾਂ ਦੇ ਨਾਲ ਕਈ ਵਾਰੀ ਜਾਣ ਦਾ ਸਕੂਲਾਂ ਦੇ ਵਿੱਚ ਵੀ ਮੌਕਾ ਮਿਲਿਆ। ਪਿਛਲੇ ਥੋੜ੍ਹੇ ਦਿਨ ਹੋਏ, 5-6 ਮਹੀਨਿਆਂ ਦੀ ਗੱਲ ਹੈ ਕਿ ਅਸੀਂ ਪਹਾੜੇ ਵੀ ਗਏ ਸੀ, ਉੱਥੇ ਵੀ ਉਹਨਾਂ ਨੇ ਕਿਤਾਬਾਂ ਜਾਂ ਕਾਪੀਆਂ ਹੋਰ ਵੀ ਬੱਚਿਆਂ ਨੂੰ, ਗਰੀਬ ਬੱਚਿਆਂ ਵਾਸਤੇ ਦਿੰਦੇ ਸਨ ਅਤੇ ਜੋ ਵੀ ਕਿਸੇ ਲੋੜਵੰਦ ਨੂੰ
ਕਿਸੇ ਵੇਲੇ ਵੀ ਕੋਈ ਜ਼ਰੂਰਤ ਉਹ ਆਪਣੇ ਨੂੰ ਜਿੰਨੀ ਹੋ ਸਕਦੇ ਪਹੁੰਚ ਲਗਾ ਕੇ ਪੂਰੀ ਕਰਦੇ ਸਨ। ਇਹ ਉਹਨਾਂ ਦਾ ਇੱਕ ਬਹੁਤ ਵੱਡੀ ਗੱਲ ਸੀ ਕਿ ਆਪਣੀ ਭਾਵੇਂ ਕੋਈ ਬਹੁਤੀ ਵੱਡੀ ਉਹਨਾਂ ਦੀ ਪੈਨਸ਼ਨ ਜਾਂ ਤਨਖਾਹ ਨਹੀਂ ਆਉਂਦੀ ਸੀ, ਲੇਕਿਨ ਉਹਦੇ ਵਿੱਚੋਂ ਵੀ ਫਿਰ ਵੀ ਜਿੰਨਾ ਵੱਧ ਤੋਂ ਵੱਧ ਉਹ ਹਿੱਸਾ ਕੱਢ ਕੇ ਕਿ ਉਹ ਕਰਕੇ ਲੋਕਾਂ ਦੀ ਮਦਦ ਕਰਨ ਵਾਸਤੇ ਕਰ ਗੱਲ ਕਰਦੇ ਸਨ। ਜਿਵੇਂ ਪਿਛਲੇ ਦਿਨੀ ਉਹ ਥੋੜ੍ਹੇ ਦਿਨ ਉਹਨਾਂ ਦਾ ਬੇਟਾ ਵੀ ਮੇਰੇ ਕੋਲ ਆਏ ਸੀ, ਗਏ ਸੀ ਗੁਰਦੁਆਰੇ, ਮਤਲਬ ਵੱਧ ਚੜ੍ਹ ਕੇ ਅੱਗੇ ਤੋਂ ਹੋਰ ਵੀ ਕਰਾਂਗੇ, ਬਸ ਇੰਨਾ ਕਹਿੰਦੀ ਹੋਈ। ਅੱਜ ਸਾਡਾ ਮਨ ਬਹੁਤ ਦੁਖੀ ਵੀ ਆ ਅਤੇ ਅਸੀਂ ਇਹੀ ਆ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਅਸੀਂ ਕਾਲਜ 'ਚ ਬੈਠੇ ਹਾਂ ਅਤੇ ਪਰਿਵਾਰ ਨੂੰ ਇਹੀ ਆ ਕਿ ਬਸ ਉਹਨਾਂ ਦੇ ਕੰਮ ਜਿਹੜੇ ਇੱਦਾਂ ਹੀ ਜਾਰੀ ਰੱਖਿਓ। ਇੰਨਾ ਕਹਿੰਦੀ ਹੋਈ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਜਿਵੇਂ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਨਰ ਮਰੇ ਕੁਛ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ। ਗੱਲ ਤਾਂ ਬੜੀ ਡੂੰਘੀ ਹੈ, ਸਾਰੇ ਤੁਸੀਂ ਸੂਝਵਾਨ ਲੋਕ ਬੈਠੇ ਹੋ, ਸਮਝਦੇ ਹੋ। ਮੈਂ ਸਮਝਦਾ ਕਿ ਸਰਦਾਰ ਗੁਰਦੇਵ ਸਿੰਘ ਜੀ ਨੇ ਆਪਣੇ ਇਸ ਅੰਤਿਮ ਸਮੇਂ ਤੋਂ ਬਾਅਦ ਵੀ ਆਪਣੀ ਜਿਹੜੀ ਬੋਡੀ ਸੀ ਉਹ ਮੈਡੀਕਲ ਕਾਰਜਾਂ ਵਾਸਤੇ ਡੋਨੇਟ ਕਰਕੇ ਇੱਕ ਅੱਜ ਹੋਰ ਵੀ ਨਵੀਂ ਪਿਰਤ ਪਾ ਦਿੱਤੀ ਆ ਕਿ ਮਰਨ ਤੋਂ ਬਾਅਦ ਵੀ ਜਿਵੇਂ ਕਹਿੰਦੇ ਕਿ ਨਰ ਮਰੇ ਕੁਛ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰੇ, ਅਤੇ ਉਹ ਮਰਨ ਤੋਂ ਬਾਅਦ ਵੀ ਜਿਉਂਦੇ ਜੀ ਤਾਂ ਉਹਨਾਂ ਨੇ ਸਮਾਜ ਭਲਾਈ ਦੇ ਕਾਰਜ ਕੀਤੇ ਹੀ, ਪਰਿਵਾਰਕ ਜ਼ਿੰਮੇਵਾਰੀਆਂ ਨਿਭਾਈਆਂ ਵੀ, ਪਰ ਇਸ ਜ਼ਿੰਦਗੀ ਦੇ ਅੰਤਿਮ ਸਮਾਹਾਂ ਤੋਂ ਸਵਾਸਾਂ ਤੋਂ ਬਾਅਦ ਵੀ ਉਹ ਜਿਹੜੇ ਅੱਜ ਆਪਣੀ ਬੋਡੀ ਨੂੰ ਡੋਨੇਟ ਕਰਕੇ ਅੱਜ ਵੀ ਅਮਰ ਨੇ ਅਤੇ ਅੱਜ ਵੀ ਹਮੇਸ਼ਾ ਸਭਨਾਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ। ਹੋਰ ਮੇਰੀ ਬੇਨਤੀ ਹੈ ਕਿ ਸਰਦਾਰ ਮੁਨਸ਼ਾ ਸਿੰਘ ਜੀ ਜਿਹੜੇ ਕਿ ਆਲ ਇੰਡੀਆ ਰੇਲਵੇ ਫੈਡਰੇਸ਼ਨ ਦੇ ਮੈਂਬਰ ਨੇ, ਉਹਨਾਂ ਦੇ ਨਾਲ ਫੈਡਰੇਸ਼ਨ ਵਿੱਚ ਇਹ ਸਾਰੇ ਸਾਥੀ ਕੰਮਕਾਰ ਕਰਦੇ ਸੀ। ਦੂਰ ਦੂਰ ਤੱਕ ਗੁਰਦੇਵ ਸਿੰਘ ਜੀ ਵੀ ਸਟੇਟ ਤਾਮਿਲਨਾਡੂ ਤੱਕ, ਕੇਰਲਾ ਤੱਕ, ਜਿੱਥੇ ਜਿੱਥੇ ਵੀ ਪਾਰਟੀ ਦੀਆਂ ਮੀਟਿੰਗਾਂ ਹੁੰਦੀਆਂ ਸੀ, ਮਹਾਰਾਸ਼ਟਰ ਤੱਕ, ਮੇਘਾਲਿਆ ਤੱਕ ਵੀ ਉਹ ਜਾਂਦੇ ਰਹੇ ਅਤੇ ਉਹਨਾਂ ਦੀਆਂ ਫੈਡਰੇਸ਼ਨ ਦੇ ਵਿੱਚ ਜੋ ਵੀ ਉਹਨਾਂ ਨੇ ਜ਼ਿੰਮੇਵਾਰੀਆਂ ਨਿਭਾਈਆਂ, ਜੋ ਵੀ ਉਹਨਾਂ ਦੀ ਇਮਾਨਦਾਰੀ ਸੀ, ਜੋ ਵੀ ਉਹਨਾਂ ਦੀ ਮਿਹਨਤ ਸੀ, ਲਗਨ ਸੀ, ਉਹਦੇ ਪ੍ਰਤੀ ਹੁਣ ਬਹੁਤ ਹੀ ਸਤਿਕਾਰ ਤੋਂ ਸਾਡੇ ਸਤਿਕਾਰ ਮੁਨਸ਼ਾ ਸਿੰਘ ਜੀ ਆਪਣੀ ਗੱਲ ਸਾਂਝੀ ਕਰਨਗੇ। ਬੈਠੇ ਹੈ ਸੋਗ ਸਭਾ 'ਚ ਬੈਠੇ ਹੈ, ਦਿਲ 'ਚ ਖਿਆਲ ਆਉਂਦਾ ਕਿ ਗੁਰਦੇਵ ਸਿੰਘ ਇੰਨੇ ਨੇਕ ਬੰਦੇ ਸੀ, ਬਹੁਤ ਨੇਕ ਸੀ। ਆਫਟਰ ਰਿਟਾਇਰਮੈਂਟ ਹੁੰਦੇ ਹੀ ਅਸੀਂ ਉਹਨਾਂ ਨਾਲ ਜਾ ਮਿਲੇ, ਉਹਨਾਂ ਕਿਹਾ ਪ੍ਰਧਾਨਗੀ ਤੁਹਾਡੇ ਕੋਲ ਤੁਹਾਨੂੰ ਦੇਣੀ ਹੈ। ਗੁਰਦੇਵ ਸਿੰਘ ਜੀ, ਗੁਰਦੇਵ ਸਿੰਘ ਆਲ ਇੰਡੀਆ ਰਿਟਾਇਰ ਰੇਲੀਮੈਨ ਫੈਡਰੇਸ਼ਨ, ਉਹਨਾਂ ਦੇ ਪ੍ਰਧਾਨ ਹੁੰਦੇ। ਜਲੰਧਰ 'ਚ ਇੱਕ ਬ੍ਰਾਂਚ ਹੈ, ਬ੍ਰਾਂਚ ਕਾਹਦੀ, ਆਲ ਇੰਡੀਆ ਅਤੇ ਸਿਕੰਦਰਾਬਾਦ ਤੱਕ ਜਾਏ, ਸਿਕੰਦਰਾਬਾਦ ਨਾਲ ਅਸੀਂ ਕੀਤਾ। ਮੇਰੇ ਕਹਿਣ ਦਾ ਮਤਲਬ ਹੈ ਕਿ ਉਹ ਨੇਕ ਆਦਮੀ ਸੀ, ਬਹੁਤ ਨੇਕ, ਕਿਸੇ ਨਾਲ ਲੜਾਈ ਨਹੀਂ, ਝਗੜਾ ਨਹੀਂ, ਕਿਸੇ ਨਾਲ ਕੋਈ ਨਹੀਂ, ਮਗਰ ਉਹਨਾਂ ਨੇ ਜੋਰ ਨਿਭਾਇਆ। ਅਸੀਂ ਦੇਣ ਨਹੀਂ ਦੇ ਸਕਦੇ, ਅਸੀਂ ਕਰ ਨਹੀਂ ਸਕਦੇ, ਕੁਛ ਨਹੀਂ ਕਰ ਸਕਦੇ, ਸਾਰਾ ਕੁਛ ਉਹਨਾਂ ਨੇ ਜੋਰ ਨਿਭਾਇਆ। ਅੱਜ ਪਰਮਾਤਮਾ ਦੀ ਕਿਰਪਾ ਨਾਲ ਉਹਨਾਂ ਚਰਨਾਂ ਜਾ ਬੈਠੇ ਹੈ। ਸੋ ਮੈਂ ਆਪਣੇ ਵੱਲੋਂ, ਆਪਣੀ ਜਮਾਤ ਵੱਲੋਂ, ਆਏ ਸੰਗਤਾਂ ਵੱਲੋਂ ਇੱਕ ਅਰਦਾਸ ਕਰਦਾ ਕਿ ਉਹਨਾਂ ਨੂੰ ਪਰਮਾਤਮਾ
ਨੇਕ ਕੰਮ 'ਚ ਰਹੇ, ਉਹਨਾਂ ਦੇ ਉਹਨਾਂ ਠੀਕ 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 ਚਲੇ, ਉਹਨਾਂ ਦੇ ਪਰਿਵਾਰ ਐਸਾ ਹੈ। ਹੁਣ ਗੱਲ ਸਾਰੀਆਂ ਗੱਲਾਂ ਸੁਣ ਕੇ ਪਰਿਵਾਰ ਨੇਕ ਪਰਿਵਾਰ ਹੈ, ਸਾਰਿਆਂ ਨੂੰ ਬਲ ਬਖਸ਼ੇ, ਕਰ ਕਿਰਪਾ ਕਰੇ, ਸਭ ਕਰੇ। ਬਹੁਤ ਹੀ ਧੰਨਵਾਦ ਜੀ। ਔਰ ਸਾਡੇ ਬਹੁਤ ਹੀ ਪਵਿੱਤਰ ਗੋਚ ਬਰਾਜੀ ਸਾਹਿਬ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ, ਅਤੇ ਮਹਾਂਵਾਕ ਅਨੁਸਾਰ ਸਰਦਾਰ ਗੁਰਦੇਵ ਸਿੰਘ ਜੀ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਨੇ। ਅੱਜ ਤੱਕ ਜਦੋਂ ਦੀ ਸ੍ਰਿਸ਼ਟੀ ਸਾਜੀ ਗਈ ਹੈ, ਜਦੋਂ ਦਾ ਸੰਸਾਰ ਹੋਂਦ ਵਿੱਚ ਆਇਆ, ਕਿਸੇ ਨੂੰ ਨਹੀਂ ਪਤਾ ਕਿੰਨੇ ਜੀਵ ਆਏ ਕਿੰਨੇ ਗਏ। ਲੇਕਿਨ ਕੁਛ ਜੀਵ ਇਹੋ ਜਿਹੇ ਵੀ ਇਸ ਸੰਸਾਰ 'ਤੇ ਆਏ ਜਿਨ੍ਹਾਂ ਦੀਆਂ ਪੈੜਾਂ ਅੱਜ ਵੀ ਸਾਨੂੰ ਦਿਖਾਈ ਦਿੰਦੀਆਂ ਨੇ, ਜਿਨ੍ਹਾਂ ਦੀ ਰੂਹ ਅੱਜ ਵੀ ਸਾਨੂੰ ਸੁਣਾਈ ਦਿੰਦੀ ਹੈ, ਸਾਡੇ ਨਾਲ ਖੜ੍ਹਦੀ ਹੈ, ਸਾਡੇ ਨਾਲ ਤੁਰਦੀ ਹੈ। ਸੋ ਇਹ ਉਹ ਆਤਮਾ ਹੈ ਜਿਹੜੀ ਰੂਹ ਹਮੇਸ਼ਾ ਇਸ ਸੰਸਾਰ ਵਿੱਚ ਸਾਡੇ ਵਿਚਕਾਰ ਸਾਡੇ ਨਾਲ ਰਹਿਣੀ ਹੈ। ਉਹ ਅਮਰ ਰੂਹ, ਉਸ ਰੂਹ ਨੂੰ, ਉਸ ਆਤਮਾ ਨੂੰ ਇੱਥੋਂ ਤੱਕ ਪਹੁੰਚਾਉਣ ਵਾਲੇ ਸਰਦਾਰ ਗੁਰਦੇਵ ਸਿੰਘ ਜੀ, ਉਹ ਸ਼ਖਸੀਅਤ ਨੇ, ਉਹ ਹਸਤੀ ਨੇ ਜਿਨ੍ਹਾਂ ਨੇ ਆਪਣੇ ਮਨ ਨੂੰ ਕਾਬੂ ਕੀਤਾ। ਅਸੀਂ ਬਹੁਤ ਸਾਰੇ ਲੋਕ, ਕਹਿਣ ਦਾ ਭਾਵ ਜਿਹੜੇ ਬੱਚੇ ਅੱਗੇ ਨਹੀਂ ਪੜ੍ਹ ਸਕਦੇ ਸੀ, ਜਿਹੜੇ ਬੱਚਿਆਂ ਦੀ ਸਹਾਇਤਾ ਨਹੀਂ ਸੀ ਹੋ ਰਹੀ, ਉਹਨਾਂ ਬੱਚਿਆਂ ਨੂੰ ਅੱਗੇ ਤੋਰਿਆ, ਪੜ੍ਹਾਈ ਦੇ ਲੇਖੇ ਲਾਇਆ ਵੀ ਤੁਸੀਂ ਜ਼ਿੰਦਗੀ ਨੂੰ ਸਵਾਰੋ। ਅਤੇ ਮੇਰੇ ਨਾਲ ਵਿਚਾਰ ਕਰਦੇ ਵੀ ਅਸੀਂ ਹੋਰ ਸਕੂਲ ਅਡੋਪਟ ਕਰ ਲਈਏ, ਮੈਂ ਕਿਹਾ ਨਹੀਂ, ਜਿੰਨੇ ਸਕੂਲ ਨੇ, ਕਿਉਂਕਿ ਆਪਣੇ ਸੋਰਸਿਸ ਲਿਮਿਟਡ ਨੇ, ਇਸ ਕਰਕੇ ਆਪਾਂ ਉੱਥੋਂ ਤੱਕ ਹੀ ਦਾਇਰਾ ਰੱਖਣਾ, ਇੰਨਾ ਦਾਇਰਾ ਖਿਲਾਰ ਨਾ ਲਈਏ ਕਿ ਸਾਤੋਂ ਸਮੇਟਿਆ ਨਾ ਜਾਵੇ। ਸੋ ਉਹਨਾਂ ਨੇ ਅਕਸਰ ਇਸ ਸਮਾਜ ਨੂੰ, ਇਸ ਇਲਾਕੇ ਨੂੰ ਅਤੇ ਮਨੁੱਖਤਾ ਨੂੰ ਜਿਹੜੀ ਸਭ ਤੋਂ ਵੱਡੀ ਦੇਣ ਦਿੱਤੀ ਹੈ, ਉਹ ਹੈ ਮਨੁੱਖ ਬਣਨ ਦੀ। ਸੋ ਆਓ ਅੱਜ ਦੇ ਇਸ ਮੌਕੇ 'ਤੇ ਆਪਾਂ ਆਪਸ ਵਿੱਚ ਹਮਦਰਦੀ ਕਰਦੇ ਹੋਏ ਉਹਨਾਂ ਦੁਆਰੇ ਪਾਏ ਪੂਰਨਿਆਂ 'ਤੇ ਚੱਲਣ ਦਾ ਯਤਨ ਕਰੀਏ। ਵੱਡੇ ਸਰਮਾਏ ਦੀ ਕਿਸੇ ਨੂੰ ਲੋੜ ਨਹੀਂ ਹੁੰਦੀ, ਉਹਨਾਂ ਕੋਲ ਕਰੋੜਾਂ ਦਾ ਸਰਮਾਇਆ ਨਹੀਂ ਸੀ, ਦਿਲ ਦੀ ਲੋੜ ਹੈ, ਦਿਲ ਗੁਰਦ ਦੀ ਲੋੜ ਹੈ, ਮਨ ਵਿੱਚ ਕੁਛ ਕਰਨ ਦੀ ਲੋੜ ਹੈ, ਮਨ ਵਿੱਚ ਕੁਛ ਕਰਨ ਦੀ ਇੱਛਾ ਹੋਣ ਦੀ ਲੋੜ ਹੈ। ਸੋ ਅਸੀਂ ਆਪਣੇ ਲਈ ਇੱਛਾ ਬਹੁਤ ਪਾਲਦੇ ਨੇ, ਸਮਾਜ ਲਈ ਕੋਈ ਨਹੀਂ ਜੀਂਦਾ। ਸਾਰਾ ਸੰਸਾਰ 'ਤੇ ਝਾਤੀ ਮਾਰ ਕੇ ਦੇਖੋ, ਅਸੀਂ ਸਵੇਰ ਤੋਂ ਚੱਲਦੇ ਹਾਂ ਸ਼ਾਮ ਤੱਕ ਕੋਹਲੂ ਦੇ ਬੈਲ ਵਾਂਗ ਆਪਣੇ ਚੱਕਰ ਦੇ ਵਿੱਚ। ਕਿਹੜੇ ਚੱਕਰ 'ਚ? ਪਰਿਵਾਰ ਦੇ ਚੱਕਰ 'ਚ। ਮੇਰੇ ਕੋਲ ਤਾਂ ਜੀ ਟਾਈਮ ਹੀ ਨਹੀਂ ਹੈਗਾ। ਟਾਈਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਨੇ ਸਮਾਜ ਲਈ ਕੁਛ ਕਰਨਾ ਹੁੰਦਾ। ਸੋ ਇਸ ਪਰਿਵਾਰ ਨੂੰ ਉਸ ਮਾਲਕ ਦੀ ਸਮਰੱਥ ਰਹੇ, ਅਤੇ ਮਾਲਕ ਹੋਰ ਸਮਰੱਥਾ ਦੇਵੇ ਕਿ ਜਿਹੜੇ ਉਹਨੇ ਕਾਰਜ ਚਲਾਏ ਨੇ ਉਹ ਪਹਿਲਾਂ ਨਾਲੋਂ ਹੋਰ ਵੀ ਪ੍ਰਫੁੱਲਤਾ ਨਾਲ ਚੱਲਣ। ਅਤੇ ਅਸੀਂ ਵੀਰ ਆਪਣੇ ਜਗਤਾਰ ਸਿੰਘ ਹੋਰਾਂ ਨੂੰ, ਮਾਤਾ ਜੀ ਨੂੰ ਵਿਸ਼ਵਾਸ ਦਵਾਉਂਦੇ ਹਾਂ, ਜਿਵੇਂ ਅਸੀਂ ਉਹਨਾਂ ਨਾਲ ਕੰਮ ਕਰਦੇ ਸੀ, ਇਸੇ ਤਰ੍ਹਾਂ ਹੁਣ ਫਿਰ ਉਸੇ ਤਰ੍ਹਾਂ ਉਹਨਾਂ ਨੂੰ ਅੰਗ ਸੰਗ ਮੰਨਦੇ ਹੋਏ ਇਸ ਪਰਿਵਾਰ ਨੂੰ ਨਾਲ ਲੈ ਕੇ ਅਸੀਂ ਉਹਨਾਂ ਦੇ ਕਾਰਜਾਂ ਨੂੰ ਜਾਰੀ ਰੱਖਣਾ ਆ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ। ਬੋਲਿਆ ਚੱਲਿਆ ਮਾਫ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਖੀ ਹਿਰਦੇ ਨਾਲ ਭਿੱਜੀ ਅੱਖਾਂ ਲੈ ਕੇ ਹਾਜ਼ਰ ਮੇਰੇ ਭੈਣ ਭਰਾ,
ਅੱਜ ਸਾਡੇ 'ਚ ਸਾਡਾ ਸਾਥੀ ਗੁਰਦੇਵ ਸਿੰਘ ਨਹੀਂ ਹੈ, ਸਾਨੂੰ ਸਾਰਿਆਂ ਨੂੰ ਬਹੁਤ ਔਖਾ। ਉਹਨਾਂ ਨੇ ਜੋ ਸਮਾਜ ਪ੍ਰਤੀ ਕੰਮ ਕੀਤੇ ਸਾਰੇ ਬੁਲਾਰੇ ਸਾਥੀਆਂ ਨੇ ਦੱਸੇ ਹੈ, ਕਿਉਂਕਿ ਰੇਲ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਬਹੁਤ ਚਿਰ, ਸਰਵਿਸ ਤੋਂ ਬਾਅਦ ਟਾਇਰ ਮਿੰਟ ਤੋਂ ਬਾਅਦ ਵੀ ਸਾਥੀ ਰੇਲ ਦੇ ਭਰਾਵਾਂ ਨਾਲ ਜੁੜੇ ਰਹੇ। ਨੌਕਰੀ ਦੌਰਾਨ ਕਿਉਂਕਿ ਇਹ ਸਟੇਸ਼ਨ ਮਾਸਟਰ ਬਤੌਰ ਕੰਮ ਕਰਦੇ ਸੀ ਤਾਂ ਪੰਜਾਬ ਸਰਕਲ ਦੇ ਵਿੱਚ ਸਟੇਸ਼ਨ ਮਾਸਟਰ ਐਸੋਸੀਏਸ਼ਨ ਦੇ ਸੈਕਟਰੀ ਬਣੇ ਸਭ ਤੋਂ ਪਹਿਲੇ। ਉਸ ਤੋਂ ਬਾਅਦ ਕਿਉਂਕਿ ਰੇਲ ਦੇ ਵਿੱਚ ਬਹੁਤ ਸਾਰੀਆਂ ਯੂਨੀਅਨਸ ਵੱਖਰੀਆਂ ਵੱਖਰੀਆਂ ਪਾਰਟੀਆਂ ਨਾਲ ਸੰਬੰਧਿਤ ਤਾਂ ਇਹਨਾਂ ਸਾਥੀਆਂ ਨੇ ਇੱਕ ਇਨਕਲਾਬੀ ਜਥੇਬੰਦੀ NRM ਦੇ ਨਾਂ 'ਤੇ ਉਹ ਜੁਆਇਨ ਕਰ ਲਈ, ਉਹਦੇ ਬਤੌਰ ਸੈਕਟਰੀ ਇਹ ਕਾਫੀ ਚਿਰ ਰਹੇ। ਤੋ ਇਸ ਟਨੋਰ ਦੇ ਵਿੱਚ ਇਨਕਲਾਬੀ ਸਿਸਟਮ ਦੇ ਤਹਿਤ ਹੁਣ ਫੈਮਿਲੀ ਪੈਨਸ਼ਨ ਲੱਗਣੀ ਆ। ਤੋ ਫੈਮਿਲੀ ਪੈਨਸ਼ਨ ਦੇ ਵਿੱਚ ਅਸੀਂ ਵਿਸ਼ਵਾਸ ਉਹਨੇ ਘਰਦਿਆਂ ਨੂੰ ਕੋਈ ਦਿੱਕਤ ਨਹੀਂ ਆਉਣ ਦਿਆਂਗੇ। ਜਿਹੜੀਆਂ ਫਾਰਮੈਲਿਟੀਆਂ ਕਰਨੀਆਂ ਮੈਂ ਪੇਪਰ ਵਗੈਰਾ ਦਿੰਦੇ ਆ ਉਹ ਡਾਕਟਰ ਸਾਹਿਬ ਦੇ ਜਾਵਾਂਗਾ ਮੈਂ, ਹੁਣ ਇਹ ਭਰ ਦੇਣਗੇ। ਡੈਥ ਸਰਟੀਫਿਕੇਟ ਜਿਹਨਾਂ ਜ਼ਿਕਰ ਆਉਂਦਾ ਨਹੀਂ ਉਹਨਾਂ ਜ਼ਿਕਰ ਗਾਂ ਉਹਦੀ ਪ੍ਰੋਗਰੈਸ ਨਹੀਂ ਹੋਣੀ। ਤੋ ਡੈਥ ਸਰਟੀਫਿਕੇਟ ਜਿਸ ਦਿਨ ਆ ਗਿਆ ਇਹ ਲੈ ਕੇ ਜਲੰਧਰ ਆ ਜਾਣ, ਕਿਉਂਕਿ ਪੈਨਸ਼ਨ ਜਲੰਧਰ ਲੈਂਦੇ ਸੀ ਤਾਂ ਅਸੀਂ ਪੂਰੀ ਮਿਹਨਤ ਕਰਾਂਗੇ, ਪੈਨਸ਼ਨ ਲੱਗੇਗੀ, ਜੋ ਕਾਗਜ਼ੀ ਕਾਰਵਾਈ ਆ ਉਹ ਪੂਰੀ ਕੀਤੀ ਜਾਏਗੀ। ਮੈਂ ਬੇਨਤੀ ਕਰ ਰਿਹਾ ਇਸ ਦਰਬਾਰ ਸਾਹਿਬ ਅੱਗੇ ਕਿ ਸਾਡੇ ਦੋਸਤ ਜਿੱਥੇ ਵੀ ਹੈ ਉਹਨਾਂ ਨੂੰ ਆਪਣੇ ਚਾਨਾ ਰੱਖਿਓ, ਪਰਿਵਾਰ ਦੇ ਮੈਂਬਰਾਂ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ਣ। ਧੰਨਵਾਦ। ਬਹੁਤ ਬਹੁਤ ਧੰਨਵਾਦ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਸਾਧ ਸੰਗਤ ਜੀ, ਅੱਜ ਆਪਾਂ ਸੋਗਮਈ ਸਭਾ ਵਿੱਚ ਸ਼ਾਮਿਲ ਹੋਏ ਹਾਂ ਕਿਉਂਕਿ ਇੱਕ ਵਿਅਕਤੀ, ਸਧਾਰਨ ਵਿਅਕਤੀ ਮਹਾਂਪੁਰਸ਼ਾਂ ਨੂੰ ਪੁੱਛਦਾ ਕਿ ਮਹਾਰਾਜ ਜੀ ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ ਸੱਚ ਕੀ ਹੈ ਅਤੇ ਝੂਠ ਕੀ। ਮਹਾਂਪੁਰਸ਼ਾਂ ਨੇ ਉੱਤਰ ਦਿੱਤਾ, ਇਹ ਸਵਾਲ ਭਾਵੇਂ ਛੋਟਾ ਪਰ ਸੁਣਨਾ ਬਹੁਤ ਔਖਾ। ਕਹਿੰਦੇ ਜੇ ਫਿਰ ਸੁਣਨਾ ਤਾਂ ਸੁਣ, ਜੀਣਾ ਝੂਠ ਹੈ ਅਤੇ ਮਰਨਾ ਸੱਚ ਹੈ। ਸੱਚਮੁੱਚ ਹੀ ਇਹ ਗੱਲ ਠੀਕ ਹੈ ਕਿਉਂਕਿ ਬਾਬਾ ਫਰੀਦ ਜੀ ਕਹਿੰਦੇ ਹਨ, ਜਿੱਤ ਦਿਹਾੜੇ ਤਨਬਰੀ ਸਾਹਿਬ ਲੈ ਲਿਖਾਏ, ਮਲਕ ਜੋ ਕੰਨੀ ਸੂਈ ਦਾ ਮੂੰਹ ਦਿਖਾ ਲਿਆ ਹੈ, ਜਿੰਦਨ ਮਾਣੀ ਕਦੀਏ ਹੱਡਾਂ ਕੋ ਫੜਕਾਏ, ਸਾਹਿਬ ਲਿਖੇ ਨਾ ਚਲਣੀ ਜਿੰਦ ਕੋ ਸਮਝਾਏ, ਜਿੰਦ ਬਹੁਤੀ ਮਰਨ ਵਾਰ ਲੈ ਜਾਸੀ ਪ੍ਰਣਾਏ, ਆਪ ਹੱਥੀ ਜੋੜ ਕੇ ਕਹਿ ਗੱਲ ਕੀਤਾ। ਮੌਤ ਦੇ ਅੱਗੇ ਕੋਈ ਜ਼ੋਰ ਨਹੀਂ ਹੈ, ਇਸੇ ਤਰ੍ਹਾਂ ਪਰਮਾਤਮਾ ਦਾ ਭਾਣਾ ਚੱਲਦਾ। ਕੁਝ ਦਿਨ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ, ਵੱਡੇ ਭਾਈ ਸਾਹਿਬ ਸਾਡੇ ਵੱਡੇ ਵੀ ਸਰਦਾਰ ਗੁਰਦੇਵ ਸਿੰਘ ਜੀ, ਆਪਣੇ ਸਵਾਸਾਂ ਦੀ ਪੂੰਜੀ ਪੂਰੀ ਕਰਦਿਆਂ ਸਤਿਗੁਰਾਂ ਦੇ ਪਰਮੇਸ਼ਰ ਦੇ ਵਾਹਿਗੁਰੂ ਦੇ ਚਰਨਾਂ ਵਿੱਚ ਜਾਪ ਰਾਜੇ ਸਨ। ਮੈਂ ਇਸ ਪੱਖ ਵਿੱਚ, ਕਿਉਂਕਿ ਵਿਦਵਾਨਾਂ ਨੇ ਵਿਚਾਰਾਂ ਨੇ ਬਹੁਤ ਗੱਲਾਂ ਕੀਤੀਆਂ, ਸੱਚਮੁੱਚ ਇਹ ਗੱਲਾਂ ਬਿਲਕੁਲ ਠੀਕ ਹਨ ਕਿਉਂਕਿ ਭਾਈ ਸਾਹਿਬ ਦਾ ਜੀਵਨ ਹੀ ਇੰਨਾ ਮਹੱਤਵਪੂਰਨ ਸੀ ਕਿ ਭਾਵੇਂ ਕਈ ਕਈ ਦਿਨ ਗੱਲਾਂ ਕਰੀ ਜਾਈਏ ਗੱਲਾਂ ਮੁੱਕ ਨਹੀਂ ਸਕਦੀਆਂ। ਉਹ
ਬਹੁਤ ਪੱਕੇ ਸ਼ਖਸੀਅਤ ਦੇ ਮਾਲਕ ਸਨ। ਅਸੀਂ ਪਰਿਵਾਰਕ ਖੇਤਰ ਦੀ ਗੱਲ ਕਰੀਏ, ਉਹਨਾਂ ਨੇ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ। ਧਾਰਮਿਕ ਖੇਤਰ ਦੀ ਗੱਲ ਕਰੀਏ, ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਾਂ ਨੂੰ ਸਾਨੂੰ ਮੁੱਢਲੇ 3 ਅਸੂਲ ਬਖਸ਼ਿਸ਼ ਕੀਤੇ ਸਨ, ਕਿਰਤ ਕਰਨਾ, ਨਾਮ ਜਪਣਾ ਅਤੇ ਵੰਡ ਛਕਣਾ। ਸਾਡੇ ਵੱਡੇ ਭਾਈ ਸਾਹਿਬ ਉਹਨਾਂ ਨੇ ਇਹਨਾਂ ਦੇ ਉੱਤੇ ਬੜੀ ਤਰ੍ਹਾਂ ਸਖ਼ਤ ਪਹਿਰਾ ਦਿੱਤਾ ਅਤੇ ਸਾਰੀਆਂ ਗੱਲਾਂ ਨੂੰ ਸਮਝ ਨਹੀਂ ਆਈ, ਖੁੱਲ੍ਹ ਕੇ ਦੱਸਣ ਵਾਸਤੇ ਕਿਹਾ, ਇਸ਼ਾਰਾ ਕਰਕੇ ਔਰ CMC ਵੱਲੋਂ ਇਸ਼ਾਰਾ ਕਰ ਦਿੱਤਾ ਕਿ ਮੇਰਾ ਸਰੀਰ ਜੋ ਹੈ ਉਹ ਲੁਧਿਆਣੇ ਉੱਪਰਦਾ ਕਰ ਦਿਓ। ਮੈਂ ਵੀ, ਮੇਰੇ ਭੈਣ ਜੀ ਨੇ ਵੀ ਇਹ ਸਰੀਰ ਅਸੀਂ CMC ਨੂੰ ਦਾਨ ਕੀਤਾ ਹੋਇਆ ਹੈ। ਦਾਨ ਨਹੀਂ, ਆਪਣੀ ਇੱਛਾ ਉਹਨਾਂ ਕੋਲ ਜ਼ਾਹਿਰ ਕੀਤੀ ਹੋਈ ਹੈ। ਸਤਿਕਾਰਯੋਗ ਸਾਧ ਸਿੰਘ ਜੀ ਫਿਰਕੀ ਹੋਇਆ, ਜਿਸ ਵੇਲੇ ਮੈਂ ਉਹਨਾਂ ਨਾਲ ਵਾਅਦਾ ਕਰ ਲਿਆ ਕਿ ਵੀਰ ਜੀ ਚਿੰਤਾ ਨਾ ਕਰੋ, ਮੈਂ ਤੁਹਾਡਾ ਸਰੀਰ ਆਪਣੀ ਜ਼ਿੰਮੇਵਾਰੀ 'ਤੇ ਜਿੰਨਾ ਮਰਜ਼ੀ ਖਰਚ ਹੁੰਦਾ ਹੈ ਮੈਂ CMC ਉੱਪਰਦਾ ਕਰਾਂਗਾ। ਸਤਿਕਾਰਯੋਗ ਸਾਧ ਸਿੰਘ ਜੀ ਉਹ ਚਿਹਰੇ ਦੇ ਵਿੱਚ ਜੋ ਮੇਰੇ ਵੀਰ ਜੀ ਦੇ 'ਤੇ ਸ਼ਾਂਤੀ ਆਈ ਹੈ, ਜੋ ਉਹਨਾਂ ਨੂੰ ਤਸੱਲੀ ਹੋਈ ਹੈ, ਬਿਆਨ ਤੋਂ ਬਾਹਰ ਇੰਨੇ ਪ੍ਰਕਾਸ਼ ਸਨ। ਦੂਜੀ ਗੱਲ, ਜਿੰਨਾ ਚਿਰ ਇਨਸਾਨ ਜਿਉਂਦਾ ਹੁੰਦਾ ਹੈ ਤਾਂ ਕਈ ਵਿਤਕਰੇ ਆਪਸ ਵਿੱਚ ਪੈਦਾ ਹੋ ਜਾਂਦੇ ਨੇ, ਕਈ ਗੱਲਾਂ ਬਾਤਾਂ ਹੋ ਜਾਂਦੀਆਂ ਨੇ, ਪਰ ਇੱਕ ਇਨਸਾਨ ਦੀ ਅਸਲੀਅਤ ਦਾ ਉਸਦੇ ਅੰਤ ਸਮੇਂ ਤੋਂ ਬਾਅਦ ਹੀ ਪਤਾ ਲੱਗਦਾ ਹੈ, ਜਿਸ ਤਰ੍ਹਾਂ ਅੱਜ ਸਾਨੂੰ ਪਤਾ ਲੱਗ ਰਿਹਾ ਹੈ, ਸਾਨੂੰ ਉਹਨਾਂ ਦੀ ਕਮੀ ਮਹਿਸੂਸ ਹੋ ਰਹੀ ਹੈ। ਮੈਂ ਬੜਾ ਰਿਣੀ ਹਾਂ ਜਿਨ੍ਹਾਂ ਨੇ ਸਾਡੇ ਇੱਥੇ ਆ ਕੇ ਸਾਡੇ ਮਨ ਨੂੰ ਹੌਸਲਾ ਦਿੱਤਾ ਹੈ। ਫਤਿਹ ਬੁਲਾਵਾਂਗਾ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਅਤੇ ਹੁਣ ਇਸ ਸਮਾਗਮ ਦੇ ਅਖੀਰ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਤ ਸਰਦਾਰ ਜਸਵਿੰਦਰ ਸਿੰਘ ਜੀ ਨਾਗਪੁਰ, ਜਿਹੜੇ ਕਿ ਸਰਦਾਰ ਗੁਰਦੇਵ ਸਿੰਘ ਜੀ ਦੇ ਭਾਂਜੇ ਨੇ, ਇਹ ਵੀ ਨਾਗਪੁਰ ਦੇ ਵਿੱਚ ਸਮਾਜ ਸੇਵਕ ਦੇ ਤੌਰ 'ਤੇ ਵਿਚਰਦੇ ਨੇ, ਇਹਨਾਂ ਦੇ ਕੋਲ ਵੀ ਰਹਿਣ ਦਾ, ਸਾਨੂੰ ਵੀ ਇਕੱਠੇ ਤੌਰ 'ਤੇ ਗਏ ਰਹਿਣ ਦਾ ਮੌਕਾ ਮਿਲਿਆ, ਉਹ ਆਈਆਂ ਸੰਗਤਾਂ ਦਾ ਧੰਨਵਾਦ ਵੀ ਕਰਨਗੇ ਅਤੇ ਨਾਲ ਉਹਨਾਂ ਨੂੰ ਸ਼ਰਧਾ ਅਤੇ ਫੁੱਲ ਵੀ ਅਰਪਿਤ ਕਰਨਗੇ। ਸਰਦਾਰ ਜਸਵਿੰਦਰ ਸਿੰਘ ਜੀ, ਜੁਗੋ ਜੁਗੋ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦ ਵਿੱਚ ਜੁੜਵਣ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀਓ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹਾ ਚਿਰੀ ਲਿਖਿਆ ਤਿਹਾ ਹੁਕਮ ਕਮਾਈ, ਘੱਲੇ ਆਵੇ ਨਾਨਕਾ ਸਦੇ ਉੱਠ ਜਾਏਦੇ ਮਹਾਂ ਬਾਕ ਅਨੁਸਾਰ। ਸਾਡੇ ਵਿੱਚੋਂ ਕੁਛ ਸਮੇਂ ਪਹਿਲੇ ਸਰਦਾਰ ਗੁਰਦੇਵ ਸਿੰਘ ਜੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਅਕਾਲ ਚਲਾਣਾ ਨੂੰ ਸੰਬੰਧ ਵਿੱਚ ਮੁੱਖ ਰੱਖਦਿਆਂ ਹੋਇਆਂ ਸਹਿਜ ਪਾਠ ਸਾਹਿਬ ਜੀ ਦੇ ਪਾਠ ਉਹਨਾਂ ਦੇ ਗ੍ਰਹਿ ਵਿਖੇ ਕੀਤੇ ਗਏ, ਜਿਨ੍ਹਾਂ ਦੇ ਅੱਜ ਭੋਗ ਪਏ ਹਨ। ਬਰਾਗ ਬਈ ਕੀਰਤਨ ਹੋਇਆ, ਆਪ ਸਾਰੀਆਂ ਸੰਗਤਾਂ ਨੇ ਸਰਵਣ ਕੀਤਾ। ਮੇਰੇ ਤੋਂ ਪਹਿਲੇ ਤਕਰੀਬਨ ਸਰਦਾਰ ਗੁਰਦੇਵ ਸਿੰਘ ਜੀ ਦੀ ਜੀਵਨ ਸੰਸਾਰ ਦੀ ਯਾਤਰਾ ਕਰਦਿਆਂ ਹੋਇਆਂ
ਕਿਹੜੇ ਕਿਹੜੇ ਰੋਲ ਉਹਨਾਂ ਨੇ ਨਿਭਾਏ ਅਦਾ ਕੀਤੇ ਉਹ ਆਪ ਸਾਰੀਆਂ ਸੰਗਤਾਂ ਨੂੰ ਇਹਨਾਂ ਬੁਲਾਰਿਆਂ ਰਾਹੀਂ ਆਪ ਜੀ ਨੇ ਸੁਣਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਸਰਦਾਰ ਗੁਰਦੇਵ ਸਿੰਘ ਜੀ ਦਾਸ ਦੇ ਵੱਡੇ ਮਾਮਾ ਜੀ ਸਨ। ਤਿੰਨ ਮਾਮਾ ਜੀ ਹੈ ਸਾਡੇ। ਭੈਣਾਂ ਤੋਂ ਬਾਅਦ ਵਿੱਚ ਸਰਦਾਰ ਗੁਰਦੇਵ ਸਿੰਘ ਜੀ ਦਾ ਜਨਮ ਹੋਇਆ। ਗੁਰਬਾਣੀ ਕਹਿੰਦੀ ਹੈ ਜਨਮ ਜਦੋਂ ਅਸੀਂ ਲੈ ਲੈਂਦੇ ਹਾਂ, ਬੱਚਾ ਜਦੋਂ ਜਨਮ ਲੈਂਦਾ, ਗੁਰਬਾਣੀ ਕਹਿੰਦੀ ਹੈ ਪਹਿਲਾ ਮਰਨ ਕਬੂਲ ਹੈ ਜੀਵਨ ਦੀ ਛੱਡ ਆਸ। ਫਿਰ ਆਪਾਂ ਇਹ ਵੀ ਕਹਿੰਦੇ ਹਾਂ ਮਰਨਾ ਹੀ ਸੱਚ ਹੈ, ਜੰਮਣਾ ਝੂਠ ਅਤੇ ਮਰਨਾ ਸੱਚ। ਜਿਸਨੇ ਵੀ ਜਨਮ ਲੈ ਲਿਆ ਉਹਦੀ ਮੌਤ ਸੱਚੀ ਹੈ, ਅਟਲ ਹੈ, 24 ਘੰਟੇ ਸਿਰ 'ਤੇ ਘੁੰਮਦੀ ਹੈ, ਕਦੋਂ ਆ ਜਾਣੀ ਹੈ ਉਹ ਕੋਈ ਪਤਾ ਨਹੀਂ। ਸਾਧ ਸੰਗਤ ਜੀ, ਇਹ ਵਿਚਾਰਾ ਸਾਡੇ ਮਾਮਾ ਜੀ ਗੁਰਦੇਵ ਸਿੰਘ ਜੀ ਦਾਸ ਨਾਲ ਸਾਂਝੀਆਂ ਕਰਿਆ ਕਰਦੇ ਸਨ, ਗੁਰਬਾਣੀ ਨੂੰ ਮੁੱਦੇ ਨਜ਼ਰ ਰੱਖਦਿਆਂ ਹੋਇਆ। ਮੌਕਾ ਦਿੱਤਾ ਆਪਨੇ ਬੋਲਣ ਦਾ, ਔਰ ਆਪ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਕਿ ਆਪਨੇ 2-2.5 ਘੰਟਿਆਂ ਤੋਂ ਬੈਠ ਕੇ ਸਾਰਿਆਂ ਨੂੰ ਸੁਣਿਆ। ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਧ ਸੰਗਤ ਜੀ, ਹੁਣ ਸਮਾਪਤੀ ਹੈ, ਅਗਲਾ ਸੈਕਟਰੀ ਸਾਹਿਬ ਬੈਠੇ ਹਨ, ਕਾਰਜਕ੍ਰਮ ਕੀ ਕਰਨਾ ਉਹ ਦੱਸਣਗੇ। ਪਰ ਦਾਸ ਦੀ ਬੇਨਤੀ ਹੈ ਕਿ ਆਪ ਸਾਰੀਆਂ ਸੰਗਤਾਂ ਨੇ ਕੜਾਹ ਪ੍ਰਸ਼ਾਦ ਲੈਣ ਤੋਂ ਉਪਰੰਤ ਪ੍ਰਸ਼ਾਦਾ ਲੰਗਰ ਥੱਲੇ ਤਿਆਰ ਪਿਆ ਹੈ। ਆਪ ਸਾਰੀ ਸੰਗਤ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਿਨਾਂ ਲੰਗਰ ਛੱਕਿਓ ਕਿਸੇ ਨੇ ਨਹੀਂ ਜਾਣਾ। ਇਹ ਪੂਰੇ ਪਰਿਵਾਰ ਨੂੰ, ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ। ਔਰ ਇਸ ਦੇ ਨਾਲ ਹੀ ਮੈਂ ਆਪਣੀ ਬਾਣੀ ਇੱਥੇ ਹੀ ਸਮਾਪਤ ਕਰਦਾ ਹਾਂ। ਫਤਿਹ ਗਜਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਸਰਦਾਰ ਜਸਵਿੰਦਰ ਸਿੰਘ ਜੀ ਦਾ ਅਤੇ ਜਗਤਾਰ ਸਿੰਘ ਜੀ ਸਮਾਪਤੀ। ਅਤੇ ਇਸੇ ਤਰ੍ਹਾਂ ਜਿਹੜਾ ਹੈ ਇਹ ਅੱਜ ਹੁਣ ਪ੍ਰੋਗਰਾਮ ਸ਼ਰਧਾਂਜਲੀ ਸਮਾਗਮ ਸਮਾਪਤ ਹੁੰਦਾ। ਅਤੇ ਇੱਕ ਮੈਂ ਛੋਟੀ ਜਿਹੀ ਗੱਲ ਕਰਨੀ ਚਾਹੁੰਦਾ ਜੀ ਕਿ ਆਪਾਂ ਸਰਦਾਰ ਗੁਰਦੇਵ ਸਿੰਘ ਜੀ ਵੱਲੋਂ ਉਹਨਾਂ ਦੇ ਸਮਾਜ ਭਲਾਈ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਆਪਾਂ ਵੀ ਕੁਝ ਮਾਲਪੁਰ ਸਾਥੀ ਹੈਗੇ ਹਾਂ ਜਿਨ੍ਹਾਂ ਨੇ ਇਸ ਤਰ੍ਹਾਂ ਦਾ ਮਿਸ਼ਨ ਚਲਾਇਆ ਹੋਇਆ। ਅਤੇ ਮਾਲਪੁਰ ਦੇ ਵਿੱਚ ਇੱਕ ਨਿਰਵਾਣ ਕੁਟੀਆ ਬਣਾਈ ਹੋਈ ਹੈ, ਉਹਦੇ ਵਿੱਚ ਹਰ ਮਹੀਨੇ ਇੱਕ ਸਮਾਜ ਭਲਾਈ ਦੇ ਕਾਰਜਾਂ ਨੂੰ ਮੁੱਖ ਰੱਖਦੇ ਇੱਕ ਪ੍ਰੋਗਰਾਮ ਕਰਦੇ ਹਾਂ। ਅਤੇ ਅੱਜ ਅਸੀਂ ਆਪਣਾ ਉਹਨਾਂ ਨਾਲ ਇੱਕ ਪਿਆਰ ਹੁੰਦੇ ਹੋਏ, ਮਤਲਬ ਅਸੀਂ 6 ਦਸੰਬਰ ਨੂੰ ਇੱਕ ਉੱਥੇ ਜਿਹੜਾ ਦਸੰਬਰ ਮਹੀਨੇ ਦਾ ਸਮਾਗਮ ਕਰਨਾ, ਉਹ 6 ਦਸੰਬਰ ਦਾ ਜਿਹੜਾ ਸਮਾਗਮ ਹੈ ਉਹ ਸਰਦਾਰ ਗੁਰਦੇਵ ਸਿੰਘ ਜੀ ਨੂੰ ਸਮਰਪਿਤ ਕਰਕੇ ਕਰਾਂਗੇ, ਉਹਨਾਂ ਦੀ ਯਾਦ ਦੇ ਵਿੱਚ ਕਰਾਂਗੇ। ਅਤੇ ਨਾਲ ਇਹ ਵੀ ਐਲਾਨ ਕਰਦੇ ਹਾਂ ਕਿ ਜਿਵੇਂ 11 ਨਵੰਬਰ ਉਹਨਾਂ ਦਾ ਜਿਹੜਾ ਇਹ ਅੰਤਮ ਦਿਨ ਸੀਗਾ, ਅਤੇ ਜਿੰਨਾ ਚਿਰ 'ਚ ਸਾਡੇ ਵਿੱਚ ਜਾਂ ਸਾਡੇ ਸਾਥੀਆਂ ਦੇ ਵਿੱਚ ਸਾਹ ਹੈਗਾ, ਅਸੀਂ ਨਵੰਬਰ ਮਹੀਨੇ ਹਰ ਸਾਲ ਜਿੰਨਾ ਚਿਰ ਅਸੀਂ ਜੀਂਦੇ ਹਾਂ ਨਵੰਬਰ ਮਹੀਨੇ ਦਾ ਸਮਾਗਮ ਸਰਦਾਰ ਗੁਰਦੇਵ ਸਿੰਘ ਦੀ ਯਾਦ ਦੇ ਵਿੱਚ ਕਰਿਆ ਕਰਾਂਗੇ। ਅਤੇ ਇੱਕ ਗੱਲ ਮੈਂ ਹੋਰ ਸਾਂਝੀ ਕਰਨੀ ਚਾਹੁੰਦਾ ਕਿ ਉਸ ਨਿਰਵਾਣ ਕੁਟੀਆ ਦੇ ਵਿੱਚ ਅਸੀਂ 5 ਤਸਵੀਰਾਂ ਰੱਖੀਆਂ ਹੋਈਆਂ ਜਿਨ੍ਹਾਂ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਇੱਕ ਹੈਗੀ ਆ ਤਥਾਗਤ ਭਗਵਾਨ ਬੁੱਧ ਦੀ, ਦੂਜੀ ਹੈ ਸਤਿਗੁਰੂ
ਕਬੀਰ ਸਾਹਿਬ ਦੀ, ਤੀਜੀ ਹੈ ਸਤਿਗੁਰੂ ਰਵਿਦਾਸ ਮਹਾਰਾਜ ਦੀ, ਚੌਥੀ ਹੈ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ, ਅਤੇ ਪੰਜਵੀਂ ਹੈ ਪਰਮ ਪੂਜਨੀਕ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ। ਅਤੇ ਅੱਜ ਮੈਂ ਇਹ ਕਹਿਣਾ ਚਾਹੁੰਦਾ ਇਸ ਮੌਕੇ ਦੇ ਉੱਤੇ ਕਿ ਆਪਾਂ ਛੇਵੀਂ ਜਿਹੜੀ ਤਸਵੀਰ ਜਿੰਨਾ ਚਿਰ ਆਪਾਂ ਜੀਂਦੇ ਹਾਂ ਉਸ ਨਿਰਵਾਣ ਕੁਟੀਆ ਦੇ ਵਿੱਚ ਸਰਦਾਰ ਗੁਰਦੇਵ ਸਿੰਘ ਜੀ ਦੀ ਹੋਏਗੀ। ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਇਸ ਪ੍ਰੋਗਰਾਮ ਦੇ ਵਿੱਚ ਧੰਨਵਾਦ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।